ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਵੇਂ ਕਿ ਆਪ ਅਕਾਲ ਚੈਨਲ ਤੋਂ ਹਫ਼ਤਾਵਾਰੀ ਪ੍ਰੋਗਰਾਮ ਦੇਖਦੇ ਹੋ ਗੁਰਮਤਿ ਅਤੇ ਕਰਮ ਕਾਂਡ, ਅੱਜ ਅਸੀਂ ਅਕਾਲ ਚੈਨਲ ਤੋਂ ਆਪ ਜੀ ਵਾਸਤੇ ਜਿਹੜਾ ਪ੍ਰੋਗਰਾਮ ਲੈ ਕੇ ਆਏ ਹਾਂ, ਜਿਹੜਾ ਸਾਡਾ ਵਿਸ਼ਾ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਿਉਹਾਰ ਆਉਣ ਵਾਲਾ ਹੈ ਜਿਹਨੂੰ ਪੰਜਾਬੀ 'ਚ ਰੱਖੜੀ ਕਹਿੰਦੇ ਨੇ, ਰਾਖੀ ਵੀ ਹਿੰਦੀ 'ਚ ਕਹਿ ਦਿੰਦੇ ਨੇ, ਰਕਸ਼ਾ ਬੰਧਨ ਵੀ ਕਹਿ ਦਿੰਦੇ ਨੇ। ਇਸ ਤਿਉਹਾਰ ਦਾ ਸਿੱਖ ਕੌਮ ਦੇ ਨਾਲ, ਸਿੱਖ ਧਰਮ ਦੇ ਨਾਲ ਕੀ ਸੰਬੰਧ ਆ, ਜਾਂ ਇਹ ਤਿਉਹਾਰ ਸਿੱਖਾਂ ਦੇ ਗਲ ਕਿਵੇਂ ਪਾਇਆ ਗਿਆ, ਅੱਜ ਇਹਨਾਂ ਚੀਜ਼ਾਂ ਦੀ ਵਿਚਾਰ ਕਰਨ ਵਾਸਤੇ ਜਿਹੜਾ ਸਾਡੇ ਨਾਲ ਬੜੇ ਸਤਿਕਾਰਯੋਗ ਕਥਾਵਾਚਕ ਭਾਈ ਲਖਵਿੰਦਰ ਸਿੰਘ ਜੀ ਗੰਭੀਰ ਪਹੁੰਚੇ ਹੋਏ ਨੇ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਨੇ ਵੀ ਸਾਨੂੰ ਬਾਣੀ 'ਚ ਕਿਹਾ, ਗਿਆਨ ਅੰਜਣ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ 'ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਵੀ ਸਹੀ ਜਿਹੜਾ ਵਾ ਉਹ ਸਾਨੂੰ ਗਿਆਨ ਕਿੱਥੋਂ ਮਿਲਣਾ। ਅੱਜ ਗੁਰਬਾਣੀ ਦੀ ਰੋਸ਼ਨੀ 'ਚ, ਇਤਿਹਾਸ ਦੀ ਰੋਸ਼ਨੀ ਦੇ ਵਿੱਚ ਅਸੀਂ ਅੱਜ ਇਹ ਜਿਹੜਾ ਆਉਣ ਵਾਲਾ ਤਿਉਹਾਰ ਹੈ, ਇਹਦਾ ਸਿੱਖ ਕੌਮ ਦੇ ਨਾਲ, ਸਿੱਖਾਂ ਦੇ ਨਾਲ ਕੀ ਸੰਬੰਧ, ਇਹ ਤਿਉਹਾਰ ਕਿੱਥੋਂ ਆਇਆ, ਇਹਨਾਂ ਸ਼ਬਦਾਂ ਦੀ ਵਿਚਾਰ ਕਰਾਂਗੇ। ਔਰ ਨਾਲ ਨਾਲ ਸਕਰੋਲ ਦੇ ਉੱਤੇ ਜਿਹੜਾ ਹੈ ਅਕਾਲ ਚੈਨਲ ਦੇ ਸਟੂਡੀਓ ਦਾ ਨੰਬਰ ਵੀ ਆ ਰਿਹਾ ਹੋਏਗਾ, ਜਿਹੜੀਆਂ ਸੰਗਤਾਂ ਸਾਡੇ ਨਾਲ ਫੋਨ ਕਰਕੇ ਸਾਡੇ ਨਾਲ ਕੋਈ ਆਪਣੇ ਵਿਚਾਰ ਦੱਸਣਾ ਚਾਹੁਣ ਅਤੇ ਸਾਡੇ ਨਾਲ ਉਹ ਸਿੱਧਾ ਸੰਪਰਕ ਵੀ ਕਰ ਸਕਦੇ ਨੇ। ਜਿੰਨੀਆਂ ਸੰਗਤਾਂ ਘਰਾਂ 'ਚ ਬਹਿ ਕੇ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜੀਆਂ ਬੈਠੀਆਂ, ਅਤੇ ਭਾਈ ਲਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਲਖਵਿੰਦਰ ਸਿੰਘ ਜੀ, ਮੈਂ ਆਪ ਜੀ ਨੂੰ ਪਹਿਲਾਂ ਇਹ ਪੁੱਛਣਾ ਚਾਹਾਂਗਾ ਵੀ ਜਿਹੜੀ ਰੱਖੜੀ ਦਾ ਜਿਹੜਾ ਤਿਉਹਾਰ ਆ, ਰੱਖੜੀ ਜਿਹੜੀ, ਇਹਦਾ ਸਿੱਖ ਧਰਮ ਦੇ ਨਾਲ ਕੀ ਸੰਬੰਧ ਆ? ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ, ਬਖਸ਼ਿਸ਼ ਹੋਈ ਹੈ ਜੀ, ਜਿਨ੍ਹਾਂ ਨੇ ਬਹੁਤ ਦਇਆ ਕਰਕੇ ਅੱਜ ਦੁਬਾਰਾ ਸਾਨੂੰ ਗੁਰਮੁਖ ਪਿਆਰੀ ਸਾਧ ਸੰਗਤ ਦੇ ਰੂਬਰੂ ਕੀਤਾ ਹੈ ਜੀ। ਵਿਸ਼ਾ ਸਾਡਾ ਜਿਹੜਾ ਉਹ ਆਰੰਭ ਕਰਨ ਤੋਂ ਪਹਿਲਾਂ ਮੈਂ ਅਕਾਲ ਚੈਨਲ ਦਾ, ਅਕਾਲ ਚੈਨਲ ਦੀ ਟੀਮ ਦਾ ਔਰ ਟੈਕਨੀਕਲ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਦੁਬਾਰਾ ਫਿਰ ਮੀਡੀਆ ਦੇ ਰਾਹੀਂ ਸਤਿਗੁਰਾਂ ਦਾ ਸੰਦੇਸ਼ ਘਰ ਘਰ ਪਹੁੰਚਾਉਣ ਵਾਸਤੇ ਸਟੂਡੀਓ ਵਿੱਚ ਜੁੜ ਕੇ ਬੈਠੇ ਹੋਏ ਹਾਂ ਜੀ। ਧੰਨਵਾਦ ਔਰ ਤਹਿ ਦਿਲੋਂ ਧੰਨਵਾਦ ਉਹਨਾਂ ਪਿਆਰਿਆਂ ਦਾ, ਉਹਨਾਂ ਸਰੋਤਿਆਂ ਦਾ, ਉਹਨਾਂ ਗੁਰਮੁਖ ਪਿਆਰੀ ਸਾਧ ਸੰਗਤ ਦਾ ਜਿਹੜੇ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਅਕਾਲ ਚੈਨਲ ਭਾਵ ਮੀਡੀਆ ਦੇ ਰਾਹੀਂ ਬੜੇ ਪਿਆਰ ਸਤਿਕਾਰ ਨਾਲ ਗੁਰੂ ਦੀ ਵਿਚਾਰ ਸਰਵਣ ਕਰ ਰਹੇ ਨੇ। ਸਵਾਲ ਜਿਹੜਾ ਤੁਸੀਂ ਖੜਾ ਕੀਤਾ ਕਿ ਰੱਖੜੀ ਦਾ ਸਿੱਖ ਧਰਮ ਨਾਲ ਸੰਬੰਧ ਕੀ ਹੈ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਸ਼ਬਦ ਮੈਂ ਆਪਦੇ ਸਨਮੁੱਖ ਪਹਿਲਾਂ ਰੱਖਣਾ ਚਾਹੁੰਦਾ ਜੀ, ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਦੀਵਾ ਬਲੈ ਅੰਧੇਰਾ ਜਾਏ। ਹਨੇਰਾ ਉਦੋਂ ਖਤਮ ਹੋ ਜਾਂਦਾ ਜਿਵੇਂ ਜਦੋਂ ਦੀਵਾ ਬਲਦਾ, ਰੋਸ਼ਨੀ ਆ ਜਾਂਦੀ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਟੰਤ। ਜਦੋਂ ਦੀਵਾ ਬਲਦਾ ਹਨੇਰਾ ਖਤਮ ਹੋ ਜਾਂਦਾ ਜੀ, ਬਿਲਕੁਲ, ਤੇ ਜਦੋਂ ਜ਼ਿੰਦਗੀ ਦੇ ਵਿੱਚ ਗਿਆਨ ਆ ਜਾਂਦਾ ਅਗਿਆਨਤਾ ਖਤਮ ਹੋ ਜਾਂਦੀ, ਸੂਰਜ ਚੜ੍ਹਦਾ ਜੀ ਤੇ ਚੰਦਰਮਾ ਤਾਰੇ ਇਹ ਸਾਰੇ ਆਪਣੇ ਆਪ ਛੁੱਪ ਜਾਂਦੇ ਨੇ ਜੀ। ਔਰ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਜੇ ਗਿਆਨ ਪ੍ਰਗਾਸ, ਕਿ ਜਿੱਥੇ ਗਿਆਨ ਦਾ ਚਾਨਣ ਹੋ ਜਾਂਦਾ ਨਾ ਅਗਿਆਨ ਮਟੰਤ, ਉੱਥੇ ਅਗਿਆਨਤਾ ਨਹੀਂ ਰਹਿੰਦੀ, ਅਗਿਆਨਤਾ ਖਤਮ ਹੋ ਜਾਂਦੀ ਜੀ। ਤੇ ਜਿਵੇਂ ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਨਹੀਂ ਹੋਇਆ, ਉਹ ਪ੍ਰਗਟ ਹੋਏ, ਗਿਆਨ ਸੀ, ਗਿਆਨ ਸੀ, ਚਾਨਣ ਸੀ, ਮੁਨਾਰੇ ਚਾਨਣ ਦੇ। ਜਦੋਂ ਆਏ ਉਹਨਾਂ ਨੇ ਸਾਰਾ ਕੁਛ ਜਿਹੜਾ ਸੀ ਨਾ, ਅਗਿਆਨਤਾ ਦੀ ਧੁੰਦ, ਅਗਿਆਨਤਾ ਦਾ ਹਨੇਰਾ, ਇਹ ਭਰਮ ਵਹਿਮ ਕਰਮ ਕਾਂਡ ਦੁਨੀਆਂ ਦੇ ਜਿਹੜੇ ਵਿੱਚੋਂ ਕੱਢੇ। ਹੁਣ ਅਸੀਂ ਆਪਣੇ ਟੌਪਿਕ ਵੱਲ ਆਈਏ ਕਿ ਸਿੱਖ ਧਰਮ ਦਾ ਰੱਖੜੀ ਨਾਲ ਕੀ ਸੰਬੰਧ ਹੈ। ਸਭ ਤੋਂ ਪਹਿਲਾਂ ਤੇ ਇਹ ਦੱਸਣਾ ਮੈਂ ਯੋਗ ਸਮਝਦਾ ਕਿ ਰੱਖੜੀ ਦਾ ਮਤਲਬ ਰਕਸ਼ਾ ਬੰਧਨ ਹੈ, ਭਾਵ ਰਕਸ਼ਾ ਕਰਨ ਵਾਸਤੇ ਕਿਸੇ ਨੂੰ ਕਹਿਣਾ, ਜਾਂ ਇੱਕ ਬੰਧਨ ਬੰਨ੍ਹ ਦੇਣਾ ਵੀ ਲੈ ਵੀ ਜਿਵੇਂ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਹੈ ਜੀ, ਤੇ ਰੱਖੜੀ ਬੰਨ੍ਹਣ ਦੇ ਵਕਤ ਭਾਵੇਂ ਉਹ ਆਪਣੇ ਮੂੰਹ ਚੋਂ ਨਾ ਬੋਲੇ, ਪਰ ਰੱਖੜੀ ਦਾ ਤਿਉਹਾਰ ਉਹਨੂੰ ਇਹ ਅਹਿਸਾਸ ਕਰਾ ਰਿਹਾ ਹੁੰਦਾ, ਕੈਪਟਨ ਸਿੰਘ ਜੀ, ਕਪਤਾਨ ਸਿੰਘ ਜੀ, ਕਿ ਇਹ ਮੇਰੇ ਵੀਰ, ਮੇਰੇ ਭਰਾ, ਮੈਂ ਤੈਨੂੰ ਰੱਖੜੀ ਇਸ ਕਰਕੇ ਬੰਨ ਰਹੀ ਹਾਂ ਕਿ ਮੇਰੇ ਉੱਤੇ ਕੋਈ ਵੀ ਪ੍ਰੋਬਲਮ ਆ ਜਾਵੇ, ਮੇਰੀ ਜਾਨ ਮਾਲ ਉੱਤੇ ਕੋਈ ਪ੍ਰੋਬਲਮ ਆ ਜਾਵੇ, ਠੀਕ ਹੈ ਜੀ, ਤੂੰ ਮੇਰੀ ਹਰ ਪੱਖੋਂ ਰਕਸ਼ਾ ਕਰਨੀ, ਮੈਂ ਕਮਜ਼ੋਰ ਹਾਂ, ਮੇਰੇ ਪੱਲੇ ਕੱਖ ਨਹੀਂ। ਤੇ ਰੱਖੜੀ ਬੰਨਣ ਵਾਲੀ ਬੀਬੀ ਭਾਵੇਂ ਆਪਣੇ ਮੂੰਹ ਨਾ ਕਹਿ ਰਹੀ ਹੋਵੇ, ਪਰ ਉਹ ਰੱਖੜੀ ਜਿਹੜੀ ਹੈ ਉਹਨੂੰ ਇਹ ਅਹਿਸਾਸ ਕਰਾ ਰਹੀ ਵੀ ਤੂੰ ਬਲਹੀਣ ਆ, ਤੇਰੇ ਅੰਦਰ ਆਪਣੇ ਅੰਦਰ ਕੁਛ ਨਹੀਂ। ਇਸ ਕਰਕੇ ਹਿੰਦੁਸਤਾਨੀ ਜ਼ਬਾਨ ਵਿੱਚ ਔਰਤ ਨੂੰ ਕੀ ਕਿਹਾ ਗਿਆ, ਅਬਲਾ। ਅਬਲਾ ਸ਼ਬਦ ਜਿਹੜਾ ਨਾ, ਐੜਾ ਬੱਬਾ ਲੱਲਾ ਵਾ, ਲੱਲੇ ਕਰਨਾ, ਠੀਕ ਹੈ, ਤੇ ਉਹਦਾ ਬਲਾ ਦਾ ਮਤਲਬ ਹੁੰਦਾ ਬਲ, ਬਲ ਦਾ ਮਤਲਬ ਜ਼ੋਰ, ਤੇ ਔਰਤ ਨੂੰ ਕੀ ਕਿਹਾ ਗਿਆ, ਉਹ ਅਬਲਾ ਵਾ, ਭਾਵ ਉਹਦੇ ਵਿੱਚ ਬਲ ਨਹੀਂ ਹੈ, ਉਹਦੇ ਵਿੱਚ ਜ਼ੋਰ ਨਹੀਂ, ਉਹਦੇ ਵਿੱਚ ਪਾਵਰ ਨਹੀਂ, ਉਹ 'ਚ ਤਾਕਤ ਨਹੀਂ।
ਤੇ ਜਿਹੜਾ ਰੱਖੜੀ ਦਾ ਤਿਉਹਾਰ ਆ ਇਹ ਔਰਤ ਦੀ ਗੁਲਾਮੀ ਦਾ ਪ੍ਰਤੀਕ ਆ ਔਰ ਔਰਤ ਨੂੰ ਹਰ ਪੱਖੋਂ ਇਹ ਗੁਲਾਮ ਬਣਾਉਣਾ ਚਾਹੁੰਦਾ ਵੀ ਤੇਰੇ ਵਿੱਚ ਆਪਣੇ 'ਚ ਕੁਛ ਨਹੀਂ, ਤੂੰ ਕੁਛ ਵੀ ਨਹੀਂ ਕਰ ਸਕਦੀ, ਤੇਰੀ ਰੱਖਿਆ ਤੇਰਾ ਭਰਾ ਕਰੂਗਾ, ਆਤਮ ਨਿਰਭਰ ਨਹੀਂ ਹੋ ਸਕਦੀ। ਸਿੱਖ ਧਰਮ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਪਾਂ ਦੇਖਦੇ ਹਾਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਜਨੇਊ ਪਹਿਨਾਇਆ ਜਾਣ ਲੱਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਡਿਤ ਹਰਦਿਆਲ ਦਾ ਹੱਥ ਫੜ ਕੇ ਕਹਿਤਾ ਸੀ ਮੈਂ ਜਨੇਊ ਨਹੀਂ ਪਾਉਣਾ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਵਿਆਹ ਆਇਆ ਤੇ ਸਾਡੇ ਇਤਿਹਾਸ ਗ੍ਰੰਥ ਕਹਿੰਦੇ ਆ ਕਿ ਉਹਨਾਂ ਨੇ ਕਿਹਾ ਸੀ ਵੀ ਮੈਂ ਇਹ ਵੇਦੀ ਦੀਆਂ ਲਾਵਾਂ ਨਹੀਂ ਲੈਣੀਆਂ, ਆਗ ਦੇ ਦੁਆਲੇ ਮੈਂ ਨਹੀਂ ਲਾਵਾਂ ਫਿਰ, ਮਤਲਬ ਕਿ ਅਸੀਂ ਬੜੀਆਂ ਐਗਜ਼ਾਮਪਲਾਂ ਇੱਦਾਂ ਦੇ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੰਨੇ ਕਰਮ ਕਾਂਡ ਸੀ, ਜਿੰਨੇ ਵਹਿਮ ਸੀ, ਜਿੰਨੇ ਭਰਮ ਸੀ, ਉਹ ਕੱਟੇ, ਉਹ ਦੂਰ ਕੀਤੇ। ਤੇ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਔਰਤ ਉੱਤੇ ਕੇਂਦਰਿਤ ਕਰਕੇ ਸਾਨੂੰ ਇੱਕ ਬੜੀ ਵੱਡੀ ਗੱਲ ਗੁਰੂ ਸਾਹਿਬ ਨੇ ਕਹੀ ਆਸਾ ਦੀ ਵਾਰ ਅੰਦਰ, ਤੇ ਸ਼ਬਦ ਬੜਾ ਫੇਮਸ ਹੋਇਆ, ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਣ ਵੀ ਆ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਵਾ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਹੁਣ ਇੱਕ ਪੰਕਤੀ ਲੈ ਕੇ ਅੱਗੇ ਤੁਰ ਪੋਗੇ ਤੇ ਮੇਰੇ ਖਿਆਲ ਚ ਪੂਰਾ ਅਰਥ ਸਪਸ਼ਟ ਨਹੀਂ ਹੋਣਾ, ਪੂਰਾ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਤੇ ਬੜਾ ਵੱਡਾ ਸਾਨੂੰ ਮੈਸੇਜ ਜਿਹੜਾ ਨਾ ਇਸ ਸ਼ਬਦ ਵਿੱਚੋਂ ਪੁਆਇੰਟ ਸਾਹਮਣੇ ਆਉਂਦਾ ਮਿਲਦਾ ਕਿ ਜਿਹੜੀ ਔਰਤ ਨੂੰ ਮਾੜਾ ਕਿਹਾ ਜਾ ਰਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਉਹ ਔਰਤ ਕਿਸੇ ਦੀ ਭੈਣ ਆ, ਕਿਸੇ ਦੀ ਪਤਨੀ ਆ, ਕਿਸੇ ਦੀ ਮਾਂ ਵਾ, ਕਿਸੇ ਦੀ ਦਾਦੀ ਆ। ਜਦੋਂ ਔਰਤ ਘਰ ਵਿੱਚ ਹੁੰਦੀ ਆ ਤੇ ਘਰ ਸੋਹਣਾ ਲੱਗਦਾ, ਜਦੋਂ ਘਰ ਵਿੱਚ ਨਹੀਂ ਹੁੰਦੀ ਤੇ ਘਰ ਬੇਕਾਰ ਲੱਗਦਾ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਤੁਸੀਂ ਇਹਨੂੰ ਮਾੜਾ ਕਿਉਂ ਕਹਿ ਰਹੇ ਹੋ, ਜਿਤ ਜੰਮੇ ਰਾਜਾਨ, ਜਿਹੜੀ ਔਰਤ ਦੇ ਕੁੱਖੋਂ ਪੀਰ ਪੈਗੰਬਰ ਸ਼ੇਖ ਔਲੀਏ ਗੁਰੂ ਅਵਤਾਰ ਜੰਮੇ, ਜਿਹੜੇ ਉਹਦੀ ਕੁੱਖ ਵਿੱਚੋਂ ਜੰਮੇ ਉਹ ਤਾਂ ਰੱਬ ਹੋ ਗਏ, ਉਹ ਤਾਂ ਭਗਵਾਨ ਹੋ ਗਏ, ਤੇ ਜਿਹਨੇ ਜਨਮ ਦਿੱਤਾ ਉਹ ਅਬਲਾ ਕਿੱਦਾਂ ਹੋ ਗਈ, ਜਿਹਨੇ ਉਹਨੂੰ ਭਗਵਾਨ ਬਣਾਇਆ ਕਹਿ ਲਓ, ਉਹ ਅਬਲਾ ਕਿੱਦਾਂ ਹੋ ਗਈ, ਤੁਸੀਂ ਉਹਦੀ ਇੱਜ਼ਤ ਨਹੀਂ ਕਰਦੇ। ਇਸ ਕਰਕੇ ਇਹ ਰੱਖੜੀ ਦਾ ਤਿਉਹਾਰ ਜਿਹੜਾ ਔਰਤ ਦੀ ਜਹਿਨੀਅਤ ਦੇ ਵਿੱਚ ਗੁਲਾਮੀ ਜਿਹੜੀ ਨਾ, ਗੁਲਾਮੀ ਦਾ ਜਿਹੜਾ ਜ਼ਹਿਰ ਆ ਉਹ ਪਾ ਚੁੱਕਾ ਸੀ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਕਹਿੰਦੇ ਨਹੀਂ ਤੂੰ ਆਜ਼ਾਦ ਹੋ ਭੈਣੇ, ਮੈਂ ਤੈਨੂੰ ਆਜ਼ਾਦ ਕਰਨੀ ਚਾਹੁੰਦਾ, ਆਹ ਜਿਹੜਾ ਤੂੰ ਲੈਣੀ ਹੈ ਨਾ ਵਾਅਦਾ ਲੈਣੀ ਆਪਣੇ ਭਰਾ ਦੇ ਕੋਲੋਂ ਰਕਸ਼ਾ ਬੰਧਨ ਦਾ, ਇਹ ਵਾਅਦਾ ਲੈਣ ਦੀ ਬਜਾਏ ਤੂੰ ਖੁਦ ਇੰਨੀ ਕੁ ਬਲ ਵਾਲੀ ਹੋ ਕਿ ਤੇਰੇ ਵੱਲ ਕੋਈ ਅੱਖ ਪੁੱਟ ਕੇ ਨਾ ਵੇਖ ਸਕੇ, ਵੀ ਤੂੰ ਅਗਲੇ ਦਾ ਮੂੰਹ ਭੰਨ ਸਕੇ। ਬਿਲਕੁਲ ਜੀ ਬਿਲਕੁਲ, ਅਗਲੇ ਮੂੰਹ ਭੰਨ ਸਕੇ। ਤੇ ਬਹੁਤ ਵਧੀਆ ਭਾਈ ਸਾਹਿਬ, ਤੁਸੀਂ ਇਹ ਜਿਹੜਾ ਵੀ ਇਹ ਸਿੱਖ ਧਰਮ ਦਾ ਕੀ ਸੰਬੰਧ, ਰੱਖੜੀ ਕਿੱਥੋਂ ਸ਼ੁਰੂ ਹੋਈ, ਇਹਦਾ ਤੁਸੀਂ ਬਹੁਤ ਵਧੀਆ ਸੰਗਤਾਂ ਨੂੰ ਜਿਹੜਾ ਹੈ ਉਹ ਆਪਣੇ ਵਿਚਾਰ ਦੱਸੇ ਨੇ। ਮੈਂ ਫਿਰ ਸੰਗਤਾਂ ਨੂੰ ਬੇਨਤੀ ਕਰਦਾ ਜਾਵਾਂ, ਸਤ ਸੰਗਤ ਜਿਵੇਂ ਥੱਲੇ ਸਾਡਾ ਨੰਬਰ ਆ ਰਿਹਾ ਹੋਏਗਾ, ਜੇ ਕਿਸੇ ਨੇ ਫੋਨ ਕਰਕੇ ਸਾਡੇ ਨਾਲ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਹੋਣ ਤਾਂ ਉਹ ਕਰ ਸਕਦੇ ਨੇ। ਭਾਈ ਲਖਵਿੰਦਰ ਸਿੰਘ ਜੀ, ਮੈਂ ਆਪ ਜੀ ਨੂੰ ਜਿਹੜਾ ਮੇਰਾ ਦੂਸਰਾ ਸਵਾਲ ਮੈਂ ਕਰਾਂ, ਜੋ ਇੱਕ ਆਮ ਲੋਕਾਂ ਦਾ ਸਵਾਲ ਹੋਏਗਾ ਇੱਕ ਮੀਡੀਆ ਦੀ ਤਰਫੋਂ, ਕਿਉਂਕਿ ਆਪ ਇਸ ਵੇਲੇ ਸਾਡੇ ਨਾਲ ਗੈਸਟ ਦੇ ਰੂਪ ਦੇ ਵਿੱਚ ਆਏ ਹੋ, ਤੇ ਜਿਹੜਾ ਰੱਖੜੀ ਜਿਹੜੀ ਆ ਇਹ ਕਿੱਥੋਂ ਸ਼ੁਰੂ ਹੋਈ? ਇਸ ਸਵਾਲ ਦਾ ਜਵਾਬ ਇਸ ਦੂਜੇ ਪਹਿਲੇ ਸਵਾਲ ਦੇ ਵਿੱਚ ਅਸੀਂ ਤਕਰੀਬਨ ਸਾਂਝਾ ਕੀਤਾ ਵੀ ਔਰਤ ਦੀ ਜਿਹੜੀ ਹਾਲਤ ਸੀ ਨਾ ਹਿੰਦੁਸਤਾਨ ਦੀ ਧਰਤੀ ਦੇ ਵਿੱਚ, ਮਤਲਬ ਇਹ ਪੁਰਾਣੇ ਚਿਰ ਤੋਂ ਚੱਲਿਆ ਆ ਰਿਹਾ, ਪਤਾ ਨਹੀਂ ਕਿੰਨੇ ਕੁ ਸਾਲ ਹੋ ਗਏ ਵੀ ਇਹ ਜਿਹੜੇ ਮਾੜੇ ਹਾਲਾਤਾਂ ਵਿੱਚੋਂ ਪੈਦਾ। ਮੈਂ ਤਾਂ ਇੱਦਾਂ ਕਹੂੰਗਾ, ਮੇਰੇ ਕੋਲ ਇਹਦੇ ਸ਼ਬਦ ਇਹ ਹੈ ਵੀ ਔਰਤ ਦੀ ਜਿਹੜੀ ਸ਼ਖਸੀਅਤ ਹੈ ਨਾ ਜੀ, ਉਹਨੂੰ ਦਾਗੋ ਦਾਗ ਕਰਨ ਵਾਸਤੇ ਜੀ ਔਰ ਉਹਦੀ ਜੈਨੀਅਤ ਦੇ ਵਿੱਚ ਗੁਲਾਮੀ ਦਾ ਜ਼ਹਿਰ ਘਸੋੜਨ ਵਾਸਤੇ ਇਹ ਰੱਖੜੀ ਦਾ ਤਿਉਹਾਰ ਪੈਦਾ ਕੀਤਾ ਗਿਆ। ਠੀਕ ਹੈ ਜੀ, ਕਿੱਥੋਂ ਪੈਦਾ ਹੋਈ ਸਾਗੋ ਸਣ ਤਾਂ ਚਲੋ ਖੈਰ ਨਹੀਂ ਹੈ, ਉਹ ਦਿਨ ਦਾ ਵੀ ਪਤਾ ਨਹੀਂ ਕਿੱਦਾਂ ਪੈਦਾ ਹੋਈ, ਪਰ ਹਾਂ ਇਹ ਜਦੋਂ ਪੈਦਾ ਹੋਈ ਉਦੋਂ ਤੋਂ ਹੀ ਔਰਤ ਦੇ ਮੱਥੇ ਦੇ ਉੱਤੇ ਉਹਦੀਆਂ ਤਕਦੀਰਾਂ ਦੇ ਵਿੱਚ ਲਿਖ ਦਿੱਤਾ ਗਿਆ ਵੀ ਤੂੰ ਗੁਲਾਮ ਆ, ਤੂੰ ਗੁਲਾਮ ਜਿਵੇਂ ਕਿ ਆਮ ਕਈ ਵਾਰੀ ਲਫ਼ਜ਼ ਵੀ ਵਰਤੇ ਜਾਂਦੇ ਜੀ, ਔਰਤ ਪੈਰ ਦੀ ਜੁੱਤੀ ਹੁੰਦੀ ਆ ਜਾਂ ਕਿੱਦਾਂ, ਕਿ ਇਸ ਤਰ੍ਹਾਂ ਦੇ ਵੀ ਜਾਂ ਪਿਛਲੇ ਸਮੇਂ 'ਚ ਕਈ ਘਟਨਾਵਾਂ ਵਾਪਰੀਆਂ ਅਤੇ ਉਹ ਕਈਆਂ ਲੀਡਰਾਂ ਦੇ ਵੀ ਇਹੋ ਜਿਹੇ ਬਿਆਨ ਆਏ ਵੀ ਜਿਹੜੇ ਉਹਨੂੰ ਅਸੀਂ ਜੇ ਆਪਾਂ ਉਹ ਬੋਲ ਕੇ ਵੀ ਦੱਸੀਏ ਤਾਂ ਇੱਕ ਸ਼ਰਮ ਆਉਂਦੀ ਸਾਨੂੰ ਬੋਲਣ ਲੱਗੇ। ਦੂਸਰਾ ਸਵਾਲ ਮੈਂ ਤੀਸਰਾ ਆਪਣਾ ਭਾਈ ਲਖਵਿੰਦਰ ਸਿੰਘ ਜੀ ਆਪ ਜੀ ਨੂੰ ਇਹ ਕਰਾਂਗਾ ਵੀ ਇਹਦਾ ਸਿੱਖਾਂ ਦੇ ਨਾਲ ਕੀ ਸੰਬੰਧ ਆ, ਵੀ ਕੀ ਗੁਰੂ ਨਾਨਕ ਸਾਹਿਬ ਨੇ ਰੱਖੜੀ ਬੱਧੀ? ਸਾਡੀ ਜਿਹੜਾ ਸਿੱਖ ਕੌਮ ਆ, ਸਿੱਖ ਧਰਮ ਜਿਹੜਾ ਇਹ ਚੱਲਿਆ ਤੇ ਗੁਰੂ ਨਾਨਕ ਸਾਹਿਬ ਤੋਂ ਹੀ ਆ ਨਾ, ਸਿੱਖ ਧਰਮ ਨੂੰ ਇੱਕ ਹਿਸਾਬ ਨਾਲ ਜਿਹੀ ਕਹਿ ਲਈਏ ਵੀ ਸਿੱਖ ਧਰਮ ਦਾ ਜਨਮ ਜਿਹੜਾ ਉਹ ਗੁਰੂ ਨਾਨਕ ਸਾਹਿਬ ਤੋਂ ਹੋਇਆ, ਤੇ ਕੀ ਗੁਰੂ ਨਾਨਕ ਸਾਹਿਬ ਰੱਖੜੀ ਬੰਨਦੇ ਸੀ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਰੱਖੜੀ ਬੰਨਦੇ ਸੀ, ਇਹ ਤਾਂ ਕੋਈ ਸਾਡੇ ਕੋਲ ਤੱਥ ਨਹੀਂ ਹੈ ਨਾ। ਭਾਈ ਲਖਵਿੰਦਰ ਜੀ ਇੱਕ ਮਿੰਟ ਮੈਂ ਖਿਮਾ ਚਾਹਾਂਗਾ, ਇੱਕ ਕਾਲਰ ਆਪ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ, ਮੈਨੂੰ ਲੱਗਦਾ ਭਾਈ ਲਖਵਿੰਦਰ ਸਿੰਘ ਦੀ ਕਾਲ ਜਿਹੜੀ ਸਾਡੀ ਉਹ ਡਰੋਪ ਹੋ ਗਈ ਆ। ਤੇ ਹਾਂਜੀ, ਕੀ ਗੁਰੂ ਨਾਨਕ ਸਾਹਿਬ ਰੱਖੜੀ ਬੰਨਦੇ ਸੀ, ਜੋ ਮੈਂ ਆਪ ਜੀ ਨੂੰ ਸਵਾਲ ਕੀਤਾ, ਆਪਾਂ ਕੰਟੀਨਿਊਜ਼ ਆਪਣੇ ਕਿਸੇ ਚਿੱਤਰਕਾਰ ਨੇ ਇੱਕ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਈ ਹੈ ਭਾਈ ਸਾਹਿਬ ਜੀ, ਜਿਹਦਾ ਫੋਟੋ ਦਾ ਰੱਖੜੀ ਬੰਨਦੇ ਵਿਖਾਇਆ ਗਿਆ। ਬਿਲਕੁਲ ਜੀ, ਕਪਤਾਨ ਸਿੰਘ ਜੀ, ਉਹ ਤਸਵੀਰ ਜਿਹੜੀ ਹੈ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇੱਕ ਹੱਥ ਦੇ ਨਾਲ ਉੱਤੇ ਰੱਖੜੀ ਬੰਨ ਰਹੇ ਆ ਜੀ, ਬੇਬੇ ਨਾਨਕੀ ਜੀ, ਤੇ ਉਹਦੇ ਹੱਥ ਵਿੱਚ ਮੋਹਰਾਂ ਹੇਠਾਂ
जा रही हैं, ठीक है जी, थाली दे विच कुछ रखिया फल फ्रूट एरा वगैरह, ठीक है जी। ते उहदे च दिखा दिता गया, चित्रकार ने दिखाया भी रखड़ी बननी योग आ क्योंकि सिखां दे गुरु रखड़ी बनते रहे जी। पर सानू जिहड़े इतिहासिक तत्थ आ जां साडी मर्यादा वा जां साडे रहतनामे आ सानू इह परमिशन नहीं दिंदे रखड़ी बनन दी। ते बाकी जिहड़ी रह गई गल गुरु नानक साहिब महाराज तस्वीर दी, तस्वीर कोई बंदा बना सकदा? फोटो काल्पनिक है जी, काल्पनिक कोई भी चित्रकार बना सकता। किसी चित्रकार ने अपने घर के कमरे में बैठ के वह तस्वीर बना दी, तो उतों इशारा कर दिता भी लिखो जी गुरु नानक साहब महाराज सच्चे पातशाह रखड़ी बनते। इसी प्रकार के मैं जी अगली बेनती करनी चाहूँ, क्योंकि गुरु नानक साहब ने रखड़ी ना बधी तो ना सानू रखड़ी बनने की शिक्षा जी, क्योंकि औरत गुरु पातशाह ने अबला नहीं किया, अबला नहीं किया, बल 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 वाली बनाया सच्चे पातशाह ने। देखो सत्कार दिता जिवें बाणी च आया, धन जनेंदी माओ आए जन्म से। एक कॉलर साडे नाल जुड़े हुए, हां जी वाहेगुरु जी का खालसा वाहेगुरु जी की फतेह जी। भाई सतनाम सिंह जी, तुहानू ते तुहाडे सत्कारयोग मेहमानां नू ते तुहाडे सारे स्टाफ नू दर्शकां नू गुरदेव सिंह भोगल वालों वाहेगुरु जी का खालसा वाहेगुरु जी की फतेह जी। ਇਹ ਆਪਣਾ ਭੋਗਲ ਸਾਹਿਬ ਤੁਹਾਡਾ ਬਹੁਤ ਧੰਨਵਾਦ ਆ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਕਾਲ ਕਰਕੇ ਰਾਬਤਾ ਕਾਇਮ ਕਰਨ ਦਾ, ਤੇ ਆਪ ਜੀ ਇਸ ਚੱਲ ਰਹੇ ਟੌਪਿਕ ਦੇ ਉੱਤੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਟੌਪਿਕ, ਇਹ ਇੱਦਾਂ ਦੇ ਪ੍ਰੋਗਰਾਮ ਸਗੋਂ ਆਉਣੇ ਚਾਹੀਦੇ ਨੇ ਹੋਰ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਗੁਰਮਤ ਕੀ ਆ ਤੇ ਕਰਮਕਾਂਡ ਕੀ ਨੇ ਜੀ। लेकिन बहुत गलत है, जेडे जिस गुरु नानक पातशाह ने कर्म कांडा नू दुनिया दे विच सारे नू कहा भी एक कर्म कांड वा इहदा धर्म दा कोई संबंध नहीं, तो वह आप किवें कर सकते हैं? बिल्कुल जी, है ना जी जी। ते ए ते साड़ी अज्ञानता कह लो या साड़ी बेसमझी कह लो कि असि जिदा कोई होर कहंदा असि कह देने हां जी ठीक वा, बिल्कुल नहीं ठीक। जिन्हां ने गुरु नानक पातशाह ने ते कर्मकांड सानू किया, कर्मकांड नहीं करने ते आप किवें करदे होणगे? बिल्कुल जी बिल्कुल, बहुत वधिया तुहाडा जिहड़ा ओह सवाल है जी। ते बाकी जिहड़े अपने मेहमान भाई साहब ने जिहड़ी उन्होंने गल कही ना अबला दी, उहदे नाल मैं बिल्कुल सहमत हां। अबला दा मतलब हुंदा पे बल तो बल रहत जी, ते ओह और लड़की नू औरत नू मुड़ कदीमो ए एहसास दवा दिता कि तू कमजोर आ, तेरी रक्षा तेरा वीर तेरा भरा करूगा जी, है ना जी। पर इदा है नहीं पे जे एक दिन रक्षा करनी तो बाकी सारा साल कौन करूगा? बिल्कुल जी बिल्कुल। भोगल साहब अपने को ना होर भी कालर पिछे जुड़े हुए ने, ते तुसी होर की कहना चाहोगे? दो लेना हो जाए। चलो मैं एक दो मिनट मैं तुसी जेड़ी गल कीती मैं तुहाडी ओ पूरी कर देना जी। एदा ना ए दो चार लाइना ने एदा ना रख्या पे केड़ी बराबरता, बराबरता ते है ही नहीं उत्थे। बिल्कुल जी बिल्कुल, लिखिया बे किते अज भी धन पराया कह के वेखो कुड़ियां नू छुट्टियां दे लोकी, किते रब्बी हुक्म दी कर उदुली कुखां विच मार मकाउंदे लोकी। वाह 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 वाह, बहुत शुक्रिया जी भाई। किते अज भी धन पराया कह के वेखो कुड़ियां नू छुट्टियां दे लोकी, किते रब्बी हुक्म दी कर उदुली कुखां विच मार मकाउंदे लोकी। ओए कदे लोभ लालच दे मारे झंबे, कदे लोभ लालच दे मारे चंबे, इन्हां नू दाज दी बली चढ़ाउंदे लोकी, गुत पिछे कह मत इन्हां दी कई नौकरां वांग बुलाउंदे लोकी। ते इन्हां दी सतनाम सिंह जी भाई, इन्हां दी इस्त्री धर्म नू लुट के भी, इन्हां दे इस्त्री धर्म नू लुट के भी धर्मी आप नू अखवाउंदे लोकी, मुंडा ना जम्मण दी हालत विच कुड़ियां नू फाहे लाउंदे लोकी। किथे बराबरता रह गए? गुरु नानक दी फलासफी ते कुछ होर ही आ। लिखिया भाई शर्म ही आदियां सब टप हदां, बल्ले बल्ले शर्म ही आदियां सब टप हदां, कुड़ियां लई नरक बनाउंदे लोकी, ओए अपनी मरी जमीर ते जालम सचमुच ने कफन पाउंदे लोकी। यारो अपनी मरी जमीर ते जालम सचमुच ने कफन पाउंदे, यारो सचमुच ने कफन पाउंदे लोकी। आखरी दो लाइनां ने जी जी। लिखिया भाई कई नशियां दी गूढ़ी मस्ती अंदर, कई नशियां दी गूढ़ी मस्ती अंदर कैर कुड़ियां ते ढाउंदे लोकी, जे किधरे गल पुठी पै जाए ओ भी कुड़ियां दे सिर लाउंदे लोकी जी। लिखिया भाई हर साल ही भावें दुनिया अंदर,
हर साल ही भावे दुनिया अंदर राजमहल महिला दिवस मनाउंदे लोकी ओए सच कदे ना छुपिया भोगल मन करके नहीं मुड़े आउंदे ओए सच कदे ना छुपिया भोगल मन करके नहीं मुड़े आउंदे लोकी यारो मन करके नहीं मुड़े आउंदे लोकी। वाह वाह बहुत वधिया भाई साहब जी बहुत वधिया साजी तुहाडा बहुत बहुत धन्नवाद तुसी बहुत वधिया मैसेज अपनी कविता राही दे के गए हो। वाहेगुरु जी का खालसा वाहेगुरु जी की वाहेगुरु जी की फतेह। भाई लखविंद सिंह गुरदेव सिंह जी भोगल एक कवि ने एक लिखारी ने और बहुत वधिया मैसेज जिहड़ा अपनी कविता राही दे के गए ने ते असी जिहड़ी विचार कर रहे सी जिस टॉपिक दे उते देखो हिंदुस्तान की धरती दे विच जिथों के रखड़ी पैदा हुई पहली तो मैं गल कहांगा भी पूरी वर्ल्ड दे विच असी देखिए जी क्योंकि हिंदू धर्म का संबंध है रखड़ी दे सिख धर्म का कोई संबंध नहीं धक्के दे नाल पा दिता गया ठीक है गल वक्री है गल मर दिता गया ते असीं उहनूं अपना भी लिया। एक साढ़े सिखां च सब तो वड्डी पता कप्तान सिंह जी की प्रॉब्लम है कि सानू कोई जो जिहड़ा भी त्यौहार दिंदा जिहड़ा भी कर्मकांड दिंदा जिहड़ा व्यम दिंदा असीं चोरी करदे कहिंदे लै भी विच पा दे ठीक है असीं उहनूं रखी जांदे जदकि उहदी स्कैनिंग नहीं करदे असीं जो देखदे नहीं पड़तालदे नहीं सोचदे नहीं भी जो कुछ साढ़े पल्ले पाया जा रहा कि उह सही है जां गलत है। फिर हिंदुस्तान की धरती तो अलावा पूरे वर्ल्ड दे विच देखो ईसाई धर्म भी हैगा मुसलमान धर्म भी हैगा जैनी भी हैगे आ बोधी भी हैगे आ होर भी हैगे उन्हां च रखड़ी नहीं बन्नी जांदी ते इह रखड़ी नूं अज दे मीडिया दे युग दे राहीं इह प्रचारिया जा रिहा क्योंकि अज दे समें विच वेखीए ठीक है पुराने समें दे इक धागा होगा पर अज करोड़ां रुपए का बिजनेस मार्केटां दे विच रखड़ी दे राहीं हो रहा ठीक है जी हीरियां दी रखड़ी सोने दी रखड़ी चांदी दी रखड़ी वधिया वधिया गहने बना बना के सोने सन दे एरा वगैरह वह बनाए जाते फिर बिजनेस हो गया। फिर जिहड़ी एक भैण जिहड़ी मैं हुण बेनती करनी चाहूँगा हो सकदा गुस्सा लगे किसी नूं सुनने वाले नूं जदों एक भैण अपने घरों रखड़ी बनने वास्ते जाती ना उहदा मन विच हुंदा भी जिहड़ी मैं रखड़ी लवां वधिया लवां ते जे मान लो मेरा 500 रुपया खर्चा आ रहा 500 खर्चा आ रहा ते जे अपने भरा नूं मैं रखड़ी बनने वास्ते जा रही तो कम से कम 5000 रुपए तो दऊगा इन अगों ते जे मान लो 500 का खर्चा करके 100 रुपया लैके वापस आ रही है तो उहदा माइंड सही नहीं होगा उह कहूगी मैं धन्नवाद प्रोग्राम च कॉल करन दा अज चल रहे प्रोग्राम ते की कहना चाहोगे शुरू किते जो संत बने फिर बाबे बने फिर सारा इन्हों का कसूर आ साडे धर्म नूं मरोड़ कदी आउण नूं जाके कदी किसे रखड़ी साडे धर्म विच कोई नहीं गी ये सिर्फ इन्हां ने ਜਾਂ ਪੰਡਤਾਂ ਨੇ ਲਾ ਲਓ ਜਾਂ ਜੋ ਅੱਜ ਜਿਹੜੇ ਮੰਤ ਸਾਧ ਬਣੇ ਇਹਨਾਂ ਨੇ ਸਾਡਾ ਧਰਮ ਜਿਹੜਾ ਬਿਲਕੁਲ ਥੱਲੇ ਲਾਇਆ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਬਿਲਕੁਲ ਸਹੀ ਹੈ ਜੀ ਤੁਹਾਡੀ ਗੱਲ ਔਰ ਸਾਡਾ ਬੇੜਾ ਗਰਕ ਕਰਨ ਦੇ ਵਿੱਚ ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਹੋਰ ਵੀਰ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਲੋਕ ਇਹਨਾਂ ਦੇ ਮਗਰ ਜਿਹੜੇ ਲੋਕ ਇਹਨਾਂ ਦੇ ਮਗਰ ਲੱਗਦੇ ਆ ਉਹਨਾਂ ਨੂੰ ਵੀ ਥੋੜ੍ਹੀ ਜਿਹੀ ਰਹਿਤ ਮਜ਼ਾਦਾ ਰੱਖਣੀ ਚਾਹੀਦੀ ਹੈ ਕਿ ਸਾਡਾ ਧਰਮ ਇੱਕ ਨਿਰਪੱਖ ਧਰਮ ਆ ਸਾਨੂੰ ਇਹ ਜਾਂ ਵਾਦਾਂ ਵਿਆਦਾਂ ਵਿੱਚ ਨਹੀਂ ਪੈਣਾ ਚਾਹੀਦਾ ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਨਾ ਕਿ ਕਿਸੇ ਸਾਧਾਂ ਦੇ ਮੋਹਰੇ ਮੱਥੇ ਟੇਕਣੇ ਚਾਹੀਦੇ ਨਾ ਮਹੰਤਾਂ ਦੇ ਮੋਹਰੇ ਮੱਥੇ ਟੇਕਣੇ ਚਾਹੀਦੇ ਆ ਮੈਂ ਤਾਂ ਇੰਨਾ ਕਹਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਭਾਈ ਲਖਵਿੰਦ ਸਿੰਘ ਜੀ ਉਹ ਸਵਾਲ ਜਿਹੜੇ ਉਹ ਕਰਕੇ ਗਏ ਨੇ ਕਾਫੀ ਮੈਸੇਜ ਦਿੱਤਾ ਉਹਨਾਂ ਨੇ ਕਾਫੀ ਵਧੀਆ ਮੈਸੇਜ ਦਿੱਤਾ ਇੱਕ ਦੂਸਰੀ ਗੱਲ ਭਾਈ ਲਖਵਿੰਦ ਸਿੰਘ ਜੀ ਇਹ ਆ ਵੀ ਇੱਕ 550-600 ਸਾਲ ਪੁਰਾਣਾ ਸਾਡਾ ਧਰਮ ਆ ਸਾਰਾ ਤੇ ਇਹਦੇ ਵਿੱਚ ਇੰਨੇ ਕਰ ਲੇਵੇਂ ਆ ਗਏ ਇੰਨੀਆਂ ਕਿ ਸਾਡੀਆਂ ਵਿਚਾਰਾਂ ਦੇ ਵਿੱਚ ਫਰਕ ਆ ਗਿਆ ਵੀ ਅਸਾਂ ਸਾਡਾ ਜਿਹੜਾ ਵਾ ਮੈਂ ਜੇ ਕਹਾਂ ਜੇ ਕਿਸੇ ਨੂੰ ਬੁਰਾ ਨਾ ਲੱਗੇ ਸਾਡੀ ਅਰਦਾਸ ਵੀ ਇੱਕ ਨਹੀਂ ਰਹੀ ਸਾਡਾ ਨਿਤਨੇਮ ਦਾ ਵੀ ਜਿਹੜਾ ਉਹਦੇ 'ਚ ਵੀ ਕਈ ਜੀ ਇੱਦਾਂ ਕਰਨਾ ਬੜੇ ਵਾਦ ਵਾਦ ਆ ਦੂਸਰੀ ਗੱਲ ਅਸੀਂ ਜਿਹੜੀ ਵਿਚਾਰ ਕਰ ਰਹੇ ਸੀ ਵੀ ਭੈਣ 500 ਰੁਪਈਆ ਲਾ ਕੇ ਜਾਂਦੀ ਆ ਤੇ ਜੇ ਉਹਨੂੰ 100 ਰੁਪਈਆ ਮਿਲਦਾ ਤਾਂ ਉਹਨੂੰ ਘਰੋਂ ਵੀ ਗੱਲਾਂ ਸੁਣੀਆਂ ਮਿਲਣ ਗਈਆਂ ਵੀ ਸਹੁਰਿਆਂ ਦੇ ਘਰੋਂ ਵੀ ਤੂੰ 500 ਲਾ ਗਈ ਹਾਂ ਤੇ 100 ਲੈ ਕੇ ਆਈ ਆ ਦੇਖੋ ਜੀ ਹੁੰਦਾ ਐਸਾ ਬਹੁਤ ਵਾਰੀ ਫਿਰ ਕਈ ਵਾਰ ਸ਼ਬਦ ਇਹ ਨਿਕਲਦੇ ਵੀ ਬਿਪਤਾ ਹੀ ਹੈ ਬਿਪਤਾ ਪਈ ਹੋਈ ਹੈ ਮੈਂ ਇੰਨੀ ਦੂਰ ਗਈ ਫਿਰ ਮੈਨੂੰ ਵਾਪਸ ਆਉਣਾ ਪਿਆ ਖੈਰ ਅਸੀਂ ਆਪਾਂ ਜਿਹੜੀ ਗੱਲ ਸੀਰੀਅਸਲੀ ਕਰਨ ਲੱਗੇ ਹਾਂ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਜਦੋਂ ਇੱਕ ਔਰਤ ਪੈਦਾ ਹੁੰਦੀ ਲੜਕੀ ਪੈਦਾ ਹੁੰਦੀ ਬੱਚੀ ਪੈਦਾ ਹੁੰਦੀ ਕੋਈ ਸਾਡੇ ਘਰ ਵੀ ਬੱਚੀਆਂ ਨੇ ਠੀਕ ਹੈ ਜੀ ਜਦੋਂ ਬੱਚੀ ਪੈਦਾ ਹੁੰਦੀ ਇੱਕ ਤਾਂ ਉੱਥੇ ਬੱਚੀ ਨੂੰ ਵੈਸੇ ਚੰਗਾ ਨਹੀਂ ਸਮਝਿਆ ਜਾਂਦਾ ਰਿਹਾ ਠੀਕ ਹੈ ਅੱਜ ਵੀ ਹਾਲਾਤ ਤਕਰੀਬਨ ਐਸੇ ਬਣੇ ਹੋਏ ਪਰ ਜਦੋਂ ਬੱਚੀ ਪੈਦਾ ਹੋਈ ਉਦੋਂ ਉਹ ਆਪਣੇ ਮਾਂ ਬਾਪ ਦੀ ਗੁਲਾਮ ਹੁਣ ਇਸ ਚੀਜ਼ ਨੂੰ ਜਰਾ ਕੁ ਸੀਰੀਅਸ ਲਿਓ ਜਦੋਂ ਬੱਚੀ ਪੈਦਾ ਹੋਈ ਆਪਣੇ ਮਾਂ ਬਾਪ ਦੀ ਗੁਲਾਮ
ਜਦੋਂ ਉਹ ਵੱਡੀ ਹੋਈ ਆਪਣੇ ਭਰਾਵਾਂ ਦੀ ਗੁਲਾਮ, ਜਦੋਂ ਉਹ ਵਿਆਹੀ ਗਈ ਆਪਣੇ ਘਰ ਵਾਲੀ ਪਤੀ ਦੀ ਗੁਲਾਮ, ਤੇ ਜਦੋਂ ਉਹ ਵਿਚਾਰੀ ਬੁਰੜੀ ਹੋ ਗਈ ਆਪਣੇ ਔਲਾਦ ਦੀ ਗੁਲਾਮ, ਪੋਤਰੇ ਪੋਤਰਿਆਂ ਦੀ ਔਲਾਦ ਦੀ ਗੁਲਾਮ, ਫਿਰ ਔਰਤ ਨੂੰ ਸਾਹ ਕਿੱਥੇ ਆਇਆ? ਔਰਤ ਨੂੰ ਸਾਹ ਕਿੱਥੇ ਆ? ਫਿਰ ਹਿੰਦੁਸਤਾਨ ਦੀ ਧਰਤੀ ਤੋਂ ਅੱਜ ਜਿੰਨੀਆਂ ਗਾਲਾਂ ਅਸੀਂ ਕਹਿੰਦੇ ਪੰਜਾਬੀ ਹਿੰਦੀ ਵਿੱਚ ਪੈਦਾ ਹੋਈਆਂ ਜਿੰਨੀਆਂ, ਕੋਈ ਵੀ ਮੈਨੂੰ ਗਾਲ ਦੱਸੋ ਜਿਹੜੀ ਬੰਦੇ ਤੇ ਬਣਾਈ ਗਈ ਹੋਵੇ, ਹਰੇਕ ਗਾਲ ਔਰਤ ਉੱਤੇ ਆ, ਜਾਂ ਉਹਦੀ ਕੁੜੀ ਦਾ ਨਾਮ ਲੈ ਕੇ, ਜਾਂ ਉਹਦੀ ਮਾਂ ਦਾ ਨਾਮ ਲੈ ਕੇ ਗਾਲ ਕੱਢੀ ਜਾਂਦੀ, ਜਾਂ ਭੈਣ ਦਾ ਨਾਮ ਲੈ ਕੇ ਗਾਲ ਕੱਢੀ ਜਾਂਦੀ, ਔਰ ਜਿੰਨੀਆਂ ਗਾਲਾਂ ਸਾਰੀਆਂ ਔਰਤ ਉੱਤੇ ਬਣਾਈਆਂ, ਇਹ ਬਣੀਆਂ ਕਿੱਥੋਂ? ਕਿਉਂਕਿ ਇਹ ਸ਼ਬਦ ਉੱਥੋਂ ਪੈਦਾ ਹੋਏ ਜਿੱਥੋਂ ਅਸੀਂ ਦੇਖਿਆ ਵੀ ਇਹ ਨੀਵਾਂ ਪਾਣਿਆ, ਨੀਵਾਂ ਪਾਣ ਤੇ ਨੀਵੇਂ ਪੰਥ ਵਿੱਚ ਇਹ ਕਮਜ਼ੋਰ, ਇਹਨੇ ਬੋਲਣਾ ਹੀ ਕੁਛ ਨਹੀਂ, ਕੋਈ ਕਹਿਣਾ ਕੁਛ ਨਹੀਂ, ਜਿੱਦਾਂ ਮਰਜ਼ੀ ਕਰੋ ਜੀ। ਔਰ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਅੱਜ ਵੀ ਕਈ ਐਸੇ ਮੰਦਰ ਆ ਜਿੱਥੇ ਇੱਕ ਸਾਲ ਦੇ ਵਿੱਚ ਇੱਕ ਦਿਨ ਰੱਖਿਆ ਜਾਂਦਾ। ਮੈਨੂੰ ਖਿਆਲ ਹੈ, ਮੈਂ ਛੋਟਾ ਜਾਂਦਾ ਸੀ, ਗੁਰਮਤ ਪ੍ਰਕਾਸ਼ ਜਿਹੜਾ ਮੈਗਜ਼ੀਨ ਸ਼੍ਰੋਮਣੀ ਕਮੇਟੀ ਪ੍ਰਚਾਰ ਕਮੇਟੀ ਛਾਪਦੀ ਹੈ ਜੀ, ਉਹਦੇ ਬੈਕ ਸਾਈਡ ਤੇ ਇੱਕ ਤਸਵੀਰ ਲੱਗੀ ਸੀ, ਜੇ ਮੈਂ ਨਾ ਭੁੱਲਦਾ ਹਾਂ ਤੇ ਸ਼ਾਇਦ ਤਾਮਿਲਨਾਡੂ ਦੀ ਹੋਵੇ ਕਿਸੇ ਮੰਦਰ ਦੀ, ਤੇ ਉਹ ਮੰਦਰ ਦੇ ਵਿੱਚ ਇੱਕ ਤਿਉਹਾਰ ਮਨਾਇਆ ਜਾਂਦਾ ਹਰ ਸਾਲ ਜੀ। ਇਲਾਕੇ ਦੀਆਂ ਜਿੰਨੀਆਂ ਔਰਤਾਂ ਜਿਨ੍ਹਾਂ ਦੀ ਕੁੱਖ ਨਹੀਂ ਭਰੀ ਪਾਵ, ਜਿਨ੍ਹਾਂ ਦੀ ਕੁੱਖ 'ਚ ਬੱਚਾ ਨਹੀਂ ਹੁੰਦਾ, ਠੀਕ ਹੈ, ਉਹਨਾਂ ਸਾਰਿਆਂ ਨੂੰ ਲੁਟਾ ਦਿੱਤਾ ਜਾਂਦਾ ਜੀ। ਤੇ ਜਿਹੜੇ ਪੁਜਾਰੀ ਹੁੰਦੇ ਆ ਮੰਦਰ ਦੇ, ਉਹ ਸੂਲਾਂ ਵਾਲੇ ਜੋੜੇ ਪਾਉਂਦੇ ਆ, ਚੱਪਲਾਂ ਬੂਟ ਸ਼ੂ ਜਿਹੜੇ ਹੇਠਾਂ ਉਹਨਾਂ ਦੀਆਂ ਤਿੱਖੇ ਤਿੱਖੇ ਸੂਲਾਂ ਲੱਗੀਆਂ ਹੁੰਦੀਆਂ, ਉਹ ਪਾਏ ਹੁੰਦੇ ਉਹਨਾਂ ਨੇ, ਤੇ ਉਹਨਾਂ ਦੇ ਉੱਪਰੋਂ ਦੀ ਲੰਘਦੇ ਆ, ਉਹਨਾਂ ਦੇ ਪੇਟ ਦੇ ਉੱਪਰੋਂ ਦੀ ਲੰਘਦੇ ਆ, ਉਸ ਦਾ ਇਹਦੇ ਵਿੱਚ ਕਈਆਂ ਦੀ ਮੌਤ ਵੀ ਹੋ ਜਾਂਦੀ ਹੋਵੇ, ਜਾਂ ਕਈ ਵੈਸੇ ਹੀ ਬਿਮਾਰ ਹੋ ਕੇ ਜ਼ਖਮ ਤੇ ਹੁੰਦੇ ਹੋਣਗੇ ਨਾ ਹੁੰਦੀਆਂ, ਤੇ ਲੇਕਿਨ ਇੱਕ ਵਹਿਮ ਬਣ ਗਿਆ, ਔਰ ਇੰਨਾ ਕੋਈ ਤਗੜਾ ਵਹਿਮ ਬਣ ਗਿਆ ਵੀ ਮਰਦ ਦੀ ਗੁਲਾਮ ਬਣਾ ਕੇ ਰੱਖ ਦਿੱਤੀ, ਵੀ ਦੇਖੋ ਵੀ ਕੀ ਹਾਲਾਤ ਆ ਸਾਡੀ ਸਾਡੇ ਸਾਡੇ ਦੇਸ਼ ਦੇ ਵਿੱਚ। ਸੱਚੇ ਪਾਤਸ਼ਾਹ ਨੇ ਔਰਤ ਨੂੰ ਗੁਲਾਮ ਨਹੀਂ ਭੋਲੇ ਬਣਾਇਆ, ਠੀਕ ਹੈ ਜੀ, ਤੇ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਇਹੋ ਜਿਹੀਆਂ ਤਸਵੀਰਾਂ ਨੂੰ ਨਾ ਪੂਜੋ, ਇਹੋ ਜਿਹੀਆਂ ਫੋਟੋਆਂ ਨੂੰ ਨਾ ਮੰਨੋ, ਜਿਹੜੀਆਂ ਫੋਟੋਆਂ ਤੁਹਾਨੂੰ ਤੁਹਾਡੇ ਗੁਰੂ ਦੀ ਵਿਚਾਰ ਤੋਂ ਉਹਦੇ ਸਿਧਾਂਤ ਤੋਂ ਦੂਰ ਲੈ ਜਾਣ, ਠੀਕ ਹੈ ਜੀ। ਔਰ ਬਾਕੀ ਗੱਲ ਰਹਿ ਕਿ ਸਿੱਖ ਧਰਮ ਦੇ ਵਿੱਚ ਰੱਖੜੀ ਦਾ ਕੋਈ ਸੰਬੰਧ ਨਹੀਂ, ਔਰ ਸਾਡਾ ਦੂਰ ਦੂਰ ਤੱਕ ਦਾ ਵੀ ਇਹਦੇ ਨਾਲ ਕੋਈ ਸੰਬੰਧ ਨਹੀਂ। ਇਹਦੇ ਇੱਕ ਕਮਜ਼ੋਰ ਪੱਖ ਹੋ ਗਿਆ, ਜਿਵੇਂ ਭਾਈ ਲਖਵਿੰਦਰ ਸਿੰਘ ਜੀ, ਹਾਂਜੀ, ਇੱਕ ਸਕੋਲਰ ਭਾਈ ਸਾਹਿਬ ਜੀ ਸਾਡੇ ਨਾਲ ਜੁੜੇ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਆਪ ਜੀ ਆਪਣਾ ਨਾਂ ਦੱਸੋ ਤੇ ਕਿਹੜੀ ਜਗ੍ਹਾ ਤੋਂ ਬੋਲਦੇ ਜੀ? ਦਾਸ ਦਾ ਨਾਮ ਵੀਰ ਜੀ ਰਣਜੀਤ ਸਿੰਘ ਹੈਗਾ, ਦਾਸ ਬ੍ਰਹਮੀਗਮ ਤੋਂ ਬੋਲਦਾ ਪਿਆ। ਵੀਰ ਜੀ, ਅੱਜ ਇਸ ਚੱਲ ਰਹੇ ਟੌਪਿਕ ਦੇ ਉੱਤੇ ਜਿਹੜਾ ਰੱਖੜੀ ਦਾ ਅੱਜ ਟੌਪਿਕ ਲੈ ਕੇ ਅਸੀਂ ਆਏ ਹਾਂ ਅਕਾਲ ਚੈਨਲ ਦੇ ਮਾਧਿਅਮ ਰਾਹੀਂ, ਕੀ ਕਹਿਣਾ ਚਾਹੋਗੇ? ਦਾਸ ਵੀਰ ਜੀ ਇਹੀ ਕੁਛ ਕਹਿਣਾ ਚਾਹੁੰਦਾ ਹੈ, ਦਾਸ ਬਚਪਨ 'ਚ ਆਪਣੇ ਜਿੱਦਾਂ ਨਾਨਕੇ ਜਾਂਦਾ ਸੀ ਜੀ, ਤੇ ਆਪਣੇ ਨਾਨਕੇ ਵਾਲੇ ਘਰ ਇੱਕ ਤਸਵੀਰ ਲੱਗੀ ਸੀ, ਮੈਂ ਦੇਖਦਾ ਸੀ, ਜਿਹਦੇ 'ਚ ਗੁਰੂ ਨਾਨਕ ਦੇਵ ਜੀ ਦੇ ਹੱਥ ਵਿੱਚ ਉਹਨਾਂ ਦੇ ਸਿਸਟਰ ਬੀਬੀ ਭੈਣ ਨਾਨਕੀ ਲੱਕੜੀ ਬੰਨਦੇ ਪਏ ਆ ਜੀ, ਅਸੀਂ ਜ਼ਿਕਰ ਕਰਕੇ ਗਏ ਪਹਿਲਾਂ ਜੀ, ਤੇ ਮੈਂ ਉਸ ਵੇਲੇ ਤੁਹਾਡਾ ਪ੍ਰੋਗਰਾਮ ਨਹੀਂ ਦੇਖਿਆ, ਮੈਂ ਵਾਧੋ ਦੇਖਿਆ, ਤੇ ਇਹ ਜਿਹੜਾ ਪ੍ਰਚਾਰ ਭਲੇ ਸਭ ਅੱਜ ਤੋਂ ਘੱਟ ਤੋਂ ਘੱਟ ਨਹੀਂ ਤੇ ਮੇਰੀ ਉਮਰ 30 ਸਾਲ ਹੈ, ਮੈਂ 15 ਸਾਲ ਪਹਿਲੇ ਜਾਂ ਘੱਟ ਤੋਂ ਘੱਟ 18 ਸਾਲ ਪਹਿਲੇ ਤਸਵੀਰ ਦੇਖੀ ਸੀ ਜੀ, ਤੇ ਅੱਜ ਮੈਂ ਆਪਣੇ ਕਈ ਰਿਸ਼ਤੇਦਾਰਾਂ ਨੂੰ ਕਹਿਣਾ ਕਿ ਉਹ ਤਸਵੀਰ ਪਲੀਜ਼ ਕਰੋ, ਤੁਸੀਂ ਸਤਿਕਾਰ ਕਰ ਦਿਓ, ਜਾਂ ਜਿੱਦਾਂ ਵੀ ਉਹਨਾਂ ਨੂੰ ਮੂਵ ਕਰ ਦਿਓ, ਸਹੀ ਨਹੀਂ ਹੈਗੀ ਕਰਤਾ ਜੀ, ਕਿਉਂਕਿ ਉਹ ਗਲਤ ਪ੍ਰਚਾਰ ਫੋਟੋਆਂ ਕਰਦੀਆਂ ਆ, ਗਲਤ ਮੈਸੇਜ ਮਿਲਦਾ ਜੀ। ਹਾਂਜੀ, ਕਿਉਂਕਿ ਅੱਜ ਤੋਂ ਕੁਛ ਸਮੇਂ ਪਿੱਛੇ ਸਾਡੇ ਤੇ ਜਿਹੜਾ ਕਈ ਲੋਕਾਂ ਨੇ ਸਾਡੇ ਨਾਲ ਪ੍ਰਚਾਰ ਕੀਤਾ ਬਹੁਤ ਗਲਤ ਕੀਤਾ ਜੀ, ਕੁਛ ਆਪਣੇ ਬੰਦਿਆਂ ਨੇ ਵੀ, ਕੁਛ ਗੈਰ ਸਿੱਖ ਬੰਦਿਆਂ ਨੇ ਵੀ ਜੀ, ਜਿਹਦੇ ਨਾਲ ਸਾਡੇ ਲੋਕਾਂ ਦੇ ਦਿਲਾਂ ਚ ਵਹਿਮ ਭਰਮ ਕਾਫੀ ਪੈ ਚੁੱਕੇ ਆ ਜੀ, ਤੇ ਸੰਗਤ ਨੂੰ ਸਾਡੇ ਹੱਥ ਜੋੜ ਕੇ ਬੇਨਤੀ ਹੈਗੀ ਹੈ ਵੀ ਇਹੋ ਜਿਹੀ ਤਸਵੀਰ ਕਿਸੇ ਦੀ ਵੀ ਕਾਰ ਹੋਵੇ ਤੇ ਉਹਨਾਂ ਨੂੰ ਸੰਸਕਾਰ ਕਰਕੇ ਪੂਰੀ ਗੁਰਮਰਿਆਦਾ ਦੇ ਨਾਲ ਜੀ, ਮਤਲਬ ਕਿ ਜਾਂ ਪ੍ਰਵਾਹਤਾ ਜਾਏ ਜਾਂ ਜਿੱਦਾਂ ਸੰਸਕਾਰ ਕਰਤਾ ਜਾਏ, ਜਿਹਦੇ ਨਾਲ ਆਉਣ ਵਾਲੀ ਪਨੀਰੀਆਂ ਨੂੰ ਜਿੱਦਾਂ ਗਲਤ ਮੈਸੇਜ ਨਾ ਜਾਵੇ, ਉਹਨਾਂ ਨੂੰ ਭਲਮ ਭੁਲੇਖੇ ਨਾ ਪੈਣ ਜੀ। ਬਿਲਕੁਲ ਵੀਰ ਜੀ, ਜਿਵੇਂ ਅਕਾਲ ਚੈਨਲ ਦਾ ਵੀ ਜਿਹੜਾ ਇਹੋ ਹੀ ਉਪਰਾਲਾ ਵਾ ਵੀ ਜਿਹੜਾ ਗੁਰਮਤ ਦਾ ਪ੍ਰਚਾਰ ਆ, ਗੁਰਬਾਣੀ ਦੀ ਰੋਸ਼ਨੀ ਜਿਹੜੀ ਉਹ ਘਰ ਘਰ ਤੱਕ ਵੰਡੀ ਜਾਵੇ, ਅਕਾਲ ਚੈਨਲ ਬਾਰੇ ਕੀ ਕਹਿਣਾ ਚਾਹੋਗੇ? ਵੀਰ ਜੀ, ਅਕਾਲ ਚੈਨਲ ਗੁਰੂ ਦੀ ਕਿਰਪਾ ਆ, ਬੜੀ ਚੜ੍ਹਦੀ ਕਲਾ 'ਚ ਜਾ ਰਿਹਾ, ਤੁਸੀਂ ਚਾਹੁੰਦੇ ਹੋ ਹੋਰ ਚੜ੍ਹਦੀ ਕਲਾ 'ਚ ਜਾਂ, ਤੇ ਜਿੰਨੇ ਵੀ ਸਾਡੇ ਸਾਥੀ ਹੈਗੇ, ਜਿੰਨੇ ਵੀ ਸਿੱਖ ਸੰਗਤ ਹੈਗੀ, ਸਾਰੇ ਇਹਨਾਂ ਨੂੰ ਸਪੋਰਟ ਕਰਨ ਵੱਧ ਤੋਂ ਵੱਧ, ਤੇ ਅਕਾਲ ਚੈਨਲ ਹੋਰ ਚੜ੍ਹਦੀ ਕਲਾ 'ਚ ਜਾਵੇ, ਤੇ ਜਿਹੜਾ ਵਹਿਮ ਭਰਮਾਂ ਦਾ ਜਿਹੜਾ ਨਾਸ ਹੋ ਸਕੇ, ਤੇ ਲੋਕੀ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨ। ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਹੁਣਾਂ ਵੀ ਜਿਹੜਾ ਬਹੁਤ ਵਧੀਆ ਆਪਣੇ ਦੇ ਨਾਲ ਜਿਹੜਾ ਉਹ ਆਪਣੇ ਤਰੀਕੇ ਦੇ ਨਾਲ ਇੱਕ ਮੈਸੇਜ ਦੇ ਕੇ ਗਏ ਵੀ ਜੋ ਉਹਨਾਂ ਛੋਟੇ ਹੁੰਦਿਆਂ ਜਿਹੜੀ ਚੀਜ਼ ਆਪਣੇ ਨਾਨਕੇ ਘਰ ਵੇਖੀ ਤੇ ਉਹ ਤੋਂ ਮੈਸੇਜ ਜਿਹੜਾ ਬਹੁਤ ਗਲਤ ਮਿਲਦਾ, ਤੇ ਬਹੁਤ ਵਧੀਆ ਵੀ ਆਪਣੇ ਦੇ ਕੇ ਗਏ। ਇੱਕ ਕੋਲਰ ਸਾਡੇ ਨਾਲ ਹੋਰ ਜੁੜੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਆਪ ਜੀ ਆਪਣਾ ਨਾਂ ਦੱਸੋ ਤੇ ਕਿਹੜੀ ਜਗ੍ਹਾ ਤੋਂ ਬੋਲਦੇ ਜੀ? ਜੀ ਮੈਂ ਲੰਡਨ ਤੋਂ ਬੋਲਦੀ, ਮੇਰਾ ਨਾਮ ਪ੍ਰਦੀਪ ਕੌਰ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਇਸ ਚੱਲ ਰਹੇ ਪ੍ਰੋਗਰਾਮ 'ਚ ਜੀ? ਤੁਹਾਡੇ ਚੱਲਦੇ ਪ੍ਰੋਗਰਾਮ ਬਾਰੇ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਤੁਸੀਂ ਬਹੁਤ
अच्छा कर रहे हो, आई नो सिख धर्म च रखड़ी का कोई खास महत्व नहीं है, पर एक हैगा कि एक भैणां दा एक प्यार अपने भरा वास्ते, एक एक प्यार दा संदेश आया जां प्यार आ। जी भैण जी तुहाडा धन्नवाद, सवाल कहंदा सी इहदा जवाब भाई साहब को लवांगे भी जिहड़ा प्यार आ केवल रखड़ी बन के ही लिया जा सकदा कि जां कोई होर भी हो सकदा आपां इह तुहाडे। हांजी मेरा सवाल सिर्फ इह है कि एक जिद्दां हुण असीं मदर्स डे मनाउंदे आ जी, असीं सारे दिन मंगाउंदे आ, ते मैनूं इह लगदा हुंदा कि एक भैणां भरावां दा दिन है जी। ਜੀ ਬਹੁਤ ਜੀ ਬਹੁਤ ਧੰਨਵਾਦ ਭੈਣ ਜੀ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਜਿਹੜਾ ਸਵਾਲ ਕੀਤਾ ਸਵਾਲ ਕੀਤਾ ਤੁਸੀਂ ਸੁਣਿਆ ਕੀ ਕਹਿਣਾ ਚਾਹੋਗੇ? ਮੈਨੂੰ ਇਹਨਾਂ ਸਵਾਲ ਚ ਇੱਕ ਗੱਲ ਬਹੁਤ ਪਿਆਰੀ ਲੱਗੀ, ਠੀਕ ਹੈ ਭੈਣ ਭਰਾ ਦਾ ਇੱਕ ਪਿਆਰ ਹੁੰਦਾ, ਲੇਕਿਨ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਜੀ, ਸਾਲ ਬਾਅਦ ਇਹ ਦਿਨ ਆਉਂਦਾ ਨਾ ਤੇ ਭੈਣ ਭਰਾ ਦਾ ਪਿਆਰ ਕੀ ਸਾਲ ਦੇ ਇੱਕੋ ਦਿਨ ਚ ਪ੍ਰਗਟ ਹੋਣਾ ਚਾਹੀਦਾ? ਨਹੀਂ ਉਸ ਪੂਰਾ ਸਾਲ ਹੀ ਹੋਣਾ ਚਾਹੀਦਾ ਜੀ। ਮਦਰ ਡੇ ਆਉਂਦਾ ਜੀ, ਠੀਕ ਹੈ ਜੀ, ਜਿਹਨਾਂ ਬਣਾਇਆ ਠੀਕ ਹੈ ਆਪਣੇ ਹਿਸਾਬ ਨਾਲ ਬਣਾਏ ਹੋਣ, ਕੀ ਮਾਂ ਬਾਪ ਦਾ ਜਿਹੜਾ ਪਿਆਰ ਹੈ ਇੱਕ ਦਿਨ ਨਜ਼ਰ ਆਵੇ, ਠੀਕ ਹੈ ਇਹਨਾਂ ਨੇ ਜੋ ਕਿਹਾ ਇਹਨਾਂ ਦੀ ਜਹਿਨੀਅਤ ਬਹੁਤ ਸੋਹਣੀ ਹੈ, ਵਿਚਾਰ ਬਹੁਤ ਸੋਹਣੇ ਆ, ਬਟ ਗੁਰਮਤ ਆਪਾਂ ਗੁਰਮਤ ਦੀ ਗੱਲ ਕਰ ਰਹੇ ਹਾਂ, ਭੈਣ ਭਰਾ ਦਾ ਪਿਆਰ ਵਾਹਿਗੁਰੂ ਕਿਰਪਾ ਕਰਕੇ ਹੋਰ ਵਧੇ, ਪਰ ਜਿਹੜੀ ਹਿੰਦੁਸਤਾਨ ਦੀ ਧਰਤੀ ਉੱਤੇ ਰੱਖੜੀਆਂ ਬੰਨੀਆਂ ਜਾਂਦੀਆਂ ਉੱਥੇ ਭੈਣ ਭਰਾ ਦੇ ਰਿਸ਼ਤੇ ਤਾਰ ਤਾਰ ਹੁੰਦੇ ਹੋਏ ਮੀਡੀਆ ਰਾਹੀਂ ਅਸੀਂ ਦੇਖੇ, ਔਰ ਬਹੁਤ ਮਾੜਾ ਹਾਲ ਅਸੀਂ ਦੇਖਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ, ਭਾਈ ਕਪਤਾਨ ਸਿੰਘ ਜੀ ਤੇ ਭਾਈ ਲਖਵਿੰਦਰ ਸਿੰਘ ਜੀ, ਬੁਗਿਆ ਸਿੰਘ ਬੋਲ ਰਿਹਾ। ਹਾਂਜੀ ਭਾਈ ਬੁਗਿਆ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਦਾ, ਤੁਸੀਂ ਖੁਸ਼ ਕਰ ਦਿੱਤਾ ਸਾਨੂੰ ਸਾਡੇ ਪ੍ਰੋਗਰਾਮ 'ਚ ਕਾਲ ਕਰਕੇ। ਅੱਜ ਚੱਲ ਰਹੇ ਵਿਸ਼ੇ ਤੇ ਕੀ ਕਹਿਣਾ ਚਾਹੋਗੇ? ਤੁਸੀਂ ਇੱਕ ਬੜੇ ਚੰਗੇ ਪ੍ਰੈਜੈਂਟਰ ਹੋ, ਕੀ ਕਹਿਣਾ ਚਾਹੋਗੇ ਅੱਜ? ਜੀ ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹ ਰਿਹਾ ਜੀ, ਬੜਾ ਸੋਹਣਾ ਵਿਸ਼ਾ ਤੁਸੀਂ ਚੁਣਿਆ, ਕਿਉਂਕਿ ਤਿਉਹਾਰ ਦੇ ਬਿਲਕੁਲ ਲਾਗੇ ਵੀ ਆ ਰਿਹਾ ਤੇ ਇਸ ਕਰਕੇ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ। ਇਹ ਤੁਹਾਡਾ ਹੀ ਸਹਿਯੋਗ ਹੈ ਤੇ ਕਾਲ ਤੇ ਜਾਂਦਾ ਹੀ ਸਾਰਾ ਇਹ ਕਰਨੀ, ਕਿਉਂਕਿ ਆਪਣੇ ਕਥਾਵਾਚਕ ਭਾਈ ਲਖਵਿੰਦਰ ਸਿੰਘ ਜੀ ਬੈਠੇ ਆ ਵੀ ਆਪਣੇ ਸਿੱਖ ਧਰਮ ਦੇ ਵਿੱਚ ਰੱਖੜੀ ਦਾ ਜਿਹੜਾ ਤਿਉਹਾਰ ਆ ਇਹਨੂੰ ਤਾਂ ਮਾਨਤਾ ਨਹੀਂ ਹੈ, ਕਿਉਂਕਿ ਧਾਗੇ ਬੰਨਣੇ ਸਿੰਘਾਂ ਨੂੰ ਸ਼ੋਭਾ ਨਹੀਂ ਦਿੰਦੇ ਤੇ ਨਾ ਸਾਡੀ ਮਰਿਆਦਾ ਹੀ ਇਹ ਕਹਿੰਦੀ ਆ, ਪਰ ਦੂਸਰੇ ਪਾਸੇ ਜਦੋਂ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਦੋਂ ਇੱਕ ਰੱਖੜ ਪੁੰਨਿਆ ਦਾ ਤਿਉਹਾਰ ਜਿਹੜਾ ਆਪਣੇ ਇਤਿਹਾਸ ਦੇ ਨਾਲ ਵੀ ਕਿਤੇ ਨਾ ਕਿਤੇ ਜੁੜਦਾ ਆ, ਪਰ ਮੈਂ ਰੱਖੜੀ ਨਾਲ ਸੰਬੰਧ ਹੋ ਕੇ ਨਹੀਂ ਕਹਿ ਰਿਹਾ, ਸਿਰਫ ਰੱਖੜ ਪੁੰਨਿਆ ਦੇ ਤਿਉਹਾਰ ਦੀ ਗੱਲ ਕਰ ਰਿਹਾ ਤੇ ਉੱਥੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਥੱਲੇ ਧਾਗੇ ਬੰਨਣੇ, ਨਿਸ਼ਾਨ ਸਾਹਿਬ ਜੀ ਨੂੰ ਤੱਕ ਲੱਕੜੀਆਂ ਬੰਨਣਾ, ਸਾਰਾ ਕੁਝ ਕੀਤਾ ਜਾਂਦਾ ਤੇ ਆਪਾਂ ਸੰਗਤਾਂ ਨੂੰ ਤਾਂ ਅਵੇਅਰਨੈਸ ਦੇਵਾਂਗੇ, ਪਰ ਜਦੋਂ ਆਪਣੇ ਗੁਰੂ ਘਰਾਂ ਚੋਂ ਹੀ ਇਹ ਗੱਲ ਨਹੀਂ ਕੱਢ ਸਕੇ ਤੇ ਫੋਟੋਆਂ ਹਟਾ ਕੇ ਜਾਂ ਵੈਸੇ ਫਿਰ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ? ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਇਸ ਤੇ ਥੋੜਾ ਜਿਹਾ ਜ਼ਰੂਰ ਚਾਲਣਾ ਪਾ ਦਿੱਤਾ ਜਾਵੇ, ਕਿਉਂਕਿ ਆਪਾਂ ਤਿਉਹਾਰ ਜ਼ਰੂਰ ਮਨਾਉਣਾ ਹੈ ਪਰ ਧਾਗੇ ਬੰਨ ਕੇ ਨਹੀਂ ਮਨਾਉਣਾ, ਇਹਦੀ ਥੋੜੀ ਜਿਹੀ ਜ਼ਰੂਰ ਤੁਸੀਂ ਕਲੈਰੀਫਿਕੇਸ਼ਨ ਦਿਓ। ਜ਼ਰੂਰ ਭਾਈ ਬਗੇਲ ਸਿੰਘ ਜੀ, ਇਹ ਸਵਾਲ ਮੇਰੇ ਕੋਲ ਹੈਗਾ, ਮੈਂ ਅਖੀਰ ਜਿਹਦੇ ਸਵਾਲ ਕਰਨਾ ਸੀ ਤੁਸੀਂ ਚਲੋ ਵਿੱਚ ਸਾਨੂੰ ਚੇਤਾ ਕਰਾਤਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਹੋਰ ਕੁਝ ਕਹਿਣਾ ਚਾਹੁੰਦੇ ਹੋ? ਬਸ ਇਦਾਂ ਜੀ, ਸਤਿਗੁਰ ਕਿਰਪਾ ਕਰਨ, ਤੁਹਾਡੇ ਵਰਗੇ ਵੀਰ ਸਾਡੇ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹੋ ਤੇ ਬਸ ਅਸੀਂ ਤੁਹਾਡੇ ਨਾਲ ਆ ਜੀ, ਪ੍ਰੋਗਰਾਮ ਸੁਣ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਅਸੀਂ ਜਿਹੜਾ ਭਾਈ ਬਗੇਲ ਸਿੰਘ ਨੇ ਜਿਹੜਾ ਸਾਨੂੰ ਸਵਾਲ ਇੱਕ ਦੱਸਿਆ, ਉਹ ਵੀ ਸਵਾਲ ਮੈਂ ਤੁਹਾਨੂੰ ਅੱਗੇ ਜਾ ਕੇ ਕਰਾਂਗਾ, ਕਿਉਂਕਿ ਮੈਂ ਅਖੀਰ ਤੇ ਕਰਨਾ ਚਾਹੁੰਦਾ ਸੀ। ਜਿਵੇਂ ਉਹ ਭੈਣ ਨੇ ਸਵਾਲ ਕੀਤਾ ਜਿਹਦਾ ਤੁਸੀਂ ਜਵਾਬ ਵੀ ਅੱਧਾ ਪਚੱਧਾ ਜਿਹੜਾ ਦੇ ਦਿੱਤਾ ਵੀ ਉਹ ਇਹ ਇੱਕ ਪਿਆਰ ਦਾ ਰਿਸ਼ਤਾ ਵਾ, ਤੇ ਉਹਦੇ ਬਾਰੇ ਤੁਸੀਂ ਕੀ ਹੋਰ ਆਪਾਂ ਕੀ ਕਹਿ ਸਕਦੇ ਹਾਂ? ਭੈਣ ਭਰਾ ਦਾ ਰਿਸ਼ਤਾ ਪਿਆਰ ਦਾ, ਦੇਖੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਰੇ ਨਾ ਇੱਕ ਸਾਖੀ ਪ੍ਰਿੰਸੀਪਲ ਸਤਬੀਰ ਸਿੰਘ ਨੇ ਬੜੀ ਸੋਹਣੀ ਲਿਖੀ ਜੀ। ਹੁਣ ਗੁਰੂ ਨਾਨਕ ਰੱਖੜੀ ਤੇ ਬੰਨਦੇ ਨਹੀਂ ਤੇ ਨਾ ਬੀਬੀ ਮਾਤਾ ਨਾਨਕੀ ਜੀ ਉਹਨਾਂ ਰੱਖੜੀ ਬੰਨਦੇ ਸੀ, ਇਹ ਤਾਂ ਕਾਲਪਨਿਕ ਬਣਾ ਲਈ ਗਈ ਗੱਲ ਵੱਖਰੀ, ਸਾਡੇ ਧੱਕੇ ਨਾਲ ਹੀ ਗੱਲ ਪਾ ਦਿੱਤੀ ਗਈ ਗੱਲ ਵੱਖਰੀ ਜੀ। ਪ੍ਰਿੰਸੀਪਲ ਸਤਬੀਰ ਸਿੰਘ ਜੀ ਕਹਿੰਦੇ ਜਦੋਂ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਗਏ ਨਾ ਆਪਣੀ ਭੈਣ ਬੇਬੇ ਨਾਨਕੀ ਨੂੰ ਲੈਣ ਵਾਸਤੇ, ਠੀਕ ਹੈ ਜੀ, ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਹਮਣੇ ਖੜੇ ਹੋਏ ਦੇਖ ਕੇ ਨਾ ਜੋ ਆਵਾਜ਼ ਦਿੱਤੀ ਬੇਬੇ ਨੂੰ, ਬੇਬੇ ਬੇਬੇ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਬੇਬੇ ਦੇ ਕੇ ਬੇਬੇ ਕਹਿ ਕੇ ਆਵਾਜ਼ ਮਾਰੀ ਤੇ ਬੇਬੇ ਨਾਨਕੀ ਨੇ ਜਦੋਂ ਸਾਹਮਣੇ ਦੇਖਿਆ ਨਾ ਮੇਰਾ ਵੀਰ ਆਇਆ, ਕਿਉਂਕਿ ਬੇਬੇ ਨਾਨਕੀ ਦੇ ਬਾਰੇ ਭਾਈ ਕਾਨ ਸਿੰਘ ਨਾਭਾ ਨੇ ਪਤਾ ਕੀ ਲਿਖਿਆ, ਉਹਨਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਦੀ ਜੇਕਰ ਕੋਈ ਪਹਿਲੀ ਸਿੱਖ ਆ ਨਾ ਤੇ ਉਹ ਸਿੱਖ ਔਰਤ ਹੈ ਬੇਬੇ ਨਾਨਕੀ, ਜਦਕਿ ਹੋਰਨਾਂ ਧਰਮਾਂ ਦੇ ਵਿੱਚ ਅਸੀਂ ਦੇਖੋ ਜਨੇਊ ਔਰਤ ਨਹੀਂ ਪਹਿਨ ਸਕਦੀ, ਮਸੀਤ ਵਿੱਚ ਔਰਤ ਨਹੀਂ ਜਾ ਸਕਦੀ, ਠੀਕ ਹੈ ਜੀ। ਇਸ ਤੋਂ ਇਲਾਵਾ ਹੋਰ ਵੀ ਕਈ ਕਰਮਕਾਂਡ ਹੈਗੇ ਆ ਧਰਮ ਦੇ ਸੰਬੰਧ ਵਿੱਚ ਜਿਹੜੇ ਜਿਹਦੇ ਵਿੱਚ ਔਰਤ ਨੂੰ ਹਿੱਸਾ ਲੈਣ ਦਿੱਤਾ ਨਹੀਂ ਜਾਂਦਾ, ਠੀਕ ਹੈ ਜੀ। ਲੇਕਿਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਹਿਲੀ ਜਿਹੜੀ ਸਿੱਖ ਹੋਈ ਉਹ ਬੇਬੇ ਨਾਨਕੀ ਹੋਈ, ਫਿਰ ਕਿੰਨੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਬੇਬੇ ਨਾਨਕੀ ਨੇ ਵੇਖਿਆ ਮੇਰਾ ਵੀਰ ਸਾਹਮਣੇ ਖੜਾ, ਉਹ ਪਰਮੇਸ਼ਰ ਜਾਣਦੇ ਸੀ, ਭਰਾ ਨਹੀਂ ਸੀ ਜਾਣਦੇ, ਉਹ ਜਦੋਂ ਆਏ ਤੇ ਚਰਨੀ ਝੁੱਕ ਗਏ ਗੁਰੂ ਨਾਨਕ ਸਾਹਿਬ ਦੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਉਤਾਂਹ ਉਠਾ ਕੇ ਨਾ ਤੇ ਗੱਲ ਨਾਲ ਲਾ ਕੇ ਆਖਿਆ, ਬੇਬੇ ਤੇਰੀ ਜਗ੍ਹਾ ਮੇਰੇ ਚਰਨਾਂ ਵਿੱਚ ਨਹੀਂ, ਤੂੰ ਮੇਰੇ ਤੋਂ ਵੱਡੀ, 5 ਸਾਲ ਵੱਡੀ ਸੀ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਤੋਂ ਵੱਡੇ ਸਨ, ਤੇ ਤੁਹਾਡੀ ਜਗ੍ਹਾ ਮੇਰੇ ਚਰਨਾਂ 'ਚ ਨਹੀਂ, ਮੇਰੀ ਜਗ੍ਹਾ ਤੁਹਾਡੇ ਚਰਨਾਂ ਵਿੱਚ। ਇਹਨੂੰ ਕਹਿੰਦੇ ਪਿਆਰ, ਇਹਨੂੰ ਕਹਿੰਦੇ ਸਤਿਕਾਰ ਜਿਹੜਾ ਦਿੱਤਾ, ਤੇ ਅੱਜ ਦਾ ਜਿਹੜਾ ਪਿਆਰ ਉਹ ਬਣ ਗਿਆ ਬਿਜ਼ਨਸ, ਭੈਣ ਭਰਾ ਨੂੰ ਰੱਖੜੀ ਬੰਨਦੀ ਹੈ ਲੇਕਿਨ ਉਹਦੇ ਤੋਂ ਇੱਕ ਚਾਹਨਾ ਦੀ ਵੀ ਮੈਨੂੰ ਜਾਂ ਕੋਈ
ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਆਪਣਾ ਨਾਮ ਦੱਸੋ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਜੀ? ਮੈਂ ਹਰਵਿੰਦਰ ਸਿੰਘ ਬੋਲਦਾ, ਬਰਮਿੰਘਮ ਤੋਂ ਬੋਲਦਾ ਜੀ। ਕੀ ਕਹਿਣਾ ਚਾਹੋਗੇ ਜੀ? ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ, ਤੁਸੀਂ ਬਹੁਤ ਸੋਹਣਾ ਸ਼ੋ ਤੇ ਕਰਦੇ ਆ, ਦੱਸਦੇ ਆ ਸੰਗਤ ਨੂੰ। ਮੈਂ ਬਸ ਸੇਮ ਲਵ ਜੇ ਇੱਕ ਪੰਜਾਬੀ ਚ ਕਹਿਣਾ ਤੇ ਇੰਗਲਿਸ਼ ਦੇ ਵਿੱਚ ਕਹਿਣਾ ਜੀ ਜੀ, ਬਾਬੇ ਨਾਨਕ ਨੇ ਧਾਗਾ ਆਪ ਪਾਇਆ ਨੀ ਸੀਗਾ, ਹੁਣ ਹੋਰ ਧਰਮ ਦਾ ਲੋਨ ਨੀ ਦਿੱਤਾ। ਓ ਮਾਈ ਇੰਗਲਿਸ਼ ਬ੍ਰਦਰਸ ਹੂ ਅੰਡਰਸਟੈਂਡ ਇਨ ਇੰਗਲਿਸ਼, ਬਾਬਾ ਨਾਨਕ ਡਿਨ ਵੋਰ ਆ ਧਾਗਾ ਐਂਡ ਨੈਵਰ ਲੈ ਦਸ ਮੁਸਲਮਾਨ ਠੇਕ ਅ ਧਾਗਾ ਆਫ ਦ ਅਦਰ ਰਾਈਸ ਹਿੰਦੂ ਹਿੰਦੂ ਬ੍ਰਾਹਮਣ। ਸੋ ਰਿਮੈਂਬਰ ਵੀ ਭੈਣੋ, ਧਾਗਾ ਨੀ ਬਣਨਾ, ਐਵਰੀ ਡੇ your brother should love you every day just not for one day. Vaheguru ji ka khalsa, vaheguru ji ki fateh. Bahut sunga sada naujawan veer bahut vadiya ik message jehda va oh sadi sikh qoum vaste ja sade vaste jehda oh de ke gaye te veer Lakhvinder Singh ji jivein je jehda sanu gulami al leke janda par sikh dharm te ik aisa hoya jide vich aisiyan bibiyan hoyan jadon kehnde a ki Hari Singh Nalwe nu utthe sanah pachauna si Jamrau de kile vich te oh vekho janglan de vich nehri raat de vich oh bibi jehdi Sharan Kaur ke Sharan Kaur ਸ਼ਰਨ ਕੌਰ ਲੈ ਕੇ ਉੱਥੇ ਜਿਹੜੀ ਉਹ ਚਿੱਠੀ ਜਾਂਦੀ ਉਹਦੇ ਵਾਸਤੇ ਤੇ ਇਹੋ ਜਿਹੀਆਂ ਬੀਬੀਆਂ ਜਿਹੜੀਆਂ ਉਹਨਾਂ ਨੂੰ ਰੱਖੜੀ ਬੰਨ ਕੇ ਭਰਾ ਕੋ ਇੱਕ ਵਾਅਦਾ ਲੈਣ ਦੀ ਕੀ ਲੋੜ ਹੈ ਵੀ ਮੇਰੀ ਰੱਖਿਆ ਕਰੀ? ਆਪਾਂ ਜਦੋਂ ਗੁਰ ਇਤਿਹਾਸ ਦੇ ਵੱਲ ਝਾਤ ਮਾਰਦੇ ਚਲੋ ਉਹ ਤਾਂ ਖੈਰ ਅਸੀਂ ਕਹਿੰਦੇ ਵੀ ਸਾਡਾ ਗੁਰ ਇਤਿਹਾਸ ਸੀ, ਠੀਕ ਹੈ, ਸਿੱਖਾਂ 'ਚ ਪਾਵਰ ਸੀ, ਉਹ ਗੁਰੂ ਵਾਲੇ ਸੀ, ਠੀਕ ਹੈ, ਮਾਤਾ ਭਾਗੋ ਦਾ ਨਾਮ ਆਉਂਦਾ ਜੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਵੇਖੋ ਤੇ ਮਾਤਾ ਖੀਵੀ ਸੌ ਸੋਏ ਜਨ ਗੋਏ ਉਠਾਲੀ, ਮਾਤਾ ਖੀਵੀ ਜੀ ਦਾ ਦੋ ਵਾਰੀ ਨਾਮ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਔਰ ਬੜੀ ਵਡਿਆਈ ਕੀਤੀ ਗਈ, ਠੀਕ ਹੈ ਜੀ। ਉਹ ਤੋਂ ਇਲਾਵਾ ਮਾਤਾ ਭਾਗੋ ਜਿਵੇਂ ਤੁਸੀਂ ਸ਼ਰਨ ਬੀਬੀ ਸ਼ਰਨ ਕੌਰ ਦਾ ਜ਼ਿਕਰ ਕੀਤਾ ਜਾਂ ਹੋਰ ਜਿਹੜੀਆਂ ਸਿੱਖ ਬੀਬੀਆਂ ਹੋਈਆਂ, ਮਾਤਾ ਦਲੀਪ ਕੌਰ ਹੋਈ, ਠੀਕ ਹੈ ਜੀ, ਮਾਤਾ ਜਿੰਦਾ ਸਾਡੀ ਹੋਈ, ਠੀਕ ਹੈ, ਬਹੁਤ ਜ਼ਿਆਦੀਆਂ ਬੀਬੀਆਂ ਐਸੀਆਂ ਹੋਈਆਂ, ਉਹ ਰੱਖਣੀ ਤਾਂ ਨਹੀਂ ਸੀ ਬੰਦੀ ਆਪਣੇ ਭਰਾਵਾਂ ਨੂੰ, ਪਰ ਉਹਨਾਂ 'ਚ ਪਾਵਰ ਕਿੰਨੀ ਸੀ? ਮੈਂ ਇੱਕ ਇਤਿਹਾਸ ਦੀ ਝਲਕ ਆਪ ਜੀ ਨੂੰ ਦੇਣੀ ਚਾਹੁੰਦਾ, ਫਿਰ ਆਪਾਂ ਸਾਖੀ ਜੇ ਸ਼ੁਰੂ ਕਰੀਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ, ਆਪ ਜੀ ਆਪਣਾ ਨਾਮ ਦੱਸੋ ਤੇ ਕਿਹੜੀ ਜਗ੍ਹਾ ਤੋਂ ਬੋਲਦੇ ਜੀ? ਮੇਰਾ ਨਾਮ ਸੁਖਦੇਵ ਸਿੰਘ ਸੁੱਖਾ ਜੀ, ਮੈਂ ਇਟਲੀ ਤੋਂ ਬੋਲ ਰਿਹਾ। ਵੀਰ ਜੀ, ਅੱਜ ਇਸ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਇਸ ਟੌਪਿਕ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਸ ਟੌਪਿਕ ਤੇ ਇਹ ਕਹਿਣਾ ਚਾਹੁੰਦਾ ਜੀ, ਇਹ ਕੱਲਾ ਰੱਖੜੀ ਦਾ ਤਿਉਹਾਰ ਨਹੀਂ, ਇਹ ਸਾਰੇ ਬਹੁਤ ਸਾਰੇ ਤਿਉਹਾਰ ਆ ਜਿਹੜੇ ਸਿੱਖ ਬੇਈਮਾਨ ਰਾਜਨੀਤੀ ਨੇ ਸਿੱਖਾਂ ਦੇ ਗਲ ਚ ਪਾਤੇ ਆ। ਬਿਲਕੁਲ ਸਹੀ ਤੁਹਾਡੀ ਗੱਲ, ਬਿਲਕੁਲ, ਇਹ ਕੱਲਾ ਰੱਖੜੀ ਦਾ ਨਹੀਂ, ਬਹੁਤ ਸਾਰੇ ਸਿੱਖ ਜਿਹੜੇ ਜਿਹਨਾਂ ਨਾਲ ਕੋਈ ਮਤਲਬ ਨਹੀਂ ਉਹ ਸਾਡੇ ਗਲਾਂ ਦੇ ਵਿੱਚ ਪਾਤੇ ਇਹਨਾਂ ਨੇ ਜੀ, ਲੋਹੜੀ ਪਾਤੀ, ਦੁਬਾਰੀ ਪਾਤੀ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਉਸੇ ਦਿਨ ਛੁੱਟ ਗਏ ਸੀ ਗਵਾਲੀਅਰ ਦੇ ਕਿਲੇ ਚੋਂ। ਸੋ ਇਸ ਕਰਕੇ ਇਹ ਸਾਡੇ ਧਰਮ ਭੁਲੇਖੇ ਜਿਹੜੇ ਆ, ਇਹ ਸਾਡੀ ਜਿਹੜੇ ਪ੍ਰਚਾਰਕ ਆ ਨਾ ਤਾਂ ਉਹ ਕੱਢ ਸਕੇ ਜੀ, ਇਹ ਤਾਂ ਤੁਹਾਡੇ ਵਰਗੇ ਵੀਰਾਂ ਦਾ ਉਪਰਾਲਾ ਆ ਜੇ ਲੋਕੀ ਇਹਨੂੰ ਸੁਣ ਸਕਣ ਤੇ ਜੀ ਔਰ ਆਪਣੇ ਮਨ ਚ ਬਿਠਾ ਸਕਣ। ਭਾਈ ਸਾਹਿਬ ਜੀ, ਅਕਾਲ ਚੈਨਲ ਇੱਕ ਐਸਾ ਸਾਡੇ ਕੋਲ ਪਲੇਟਫਾਰਮ ਆਇਆ ਵਾ ਵੀ ਜਿਹੜਾ ਅਸੀਂ ਚਾਹੁੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਜੋ ਸਾਨੂੰ ਇਸ ਵੇਲੇ ਸਾਡੇ ਕੋਲ ਸਾਡੇ ਈਸਟ ਸਾਡੇ ਚਾਨਣ ਮਨਾਰੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਆ ਵੀ ਸਾਨੂੰ ਉਹ ਕਿਸ ਬੰਦੇ ਨੂੰ ਖੜਦੀ ਆ ਤੇ ਅਸੀਂ ਕਰਮਕਾਂਡਾਂ 'ਚ ਫਸੇ। ਇੱਕ ਅਕਾਲ ਚੈਨਲ ਦਾ ਇਹੋ ਹੀ ਉਪਰਾਲਾ ਵਾ ਵੀ ਜਿਹੜਾ ਮੀਰੀ ਪੀਰੀ ਦੇ ਸਿਧਾਂਤ ਨੂੰ ਅਸੀਂ ਸਮਰਪਿਤ ਹੋ ਜਾਈਏ। ਬਿਲਕੁਲ, ਬਹੁਤ ਵਧੀਆ ਜੀ, ਬਹੁਤ ਵਧੀਆ ਉਪਰਾਲਾ ਇਹ, ਬਹੁਤ ਵਧੀਆ ਵੀਰ ਜੀ ਆਪਣਾ। ਪਰਮਾਤਮਾ ਕਰੇ, ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਇਟਲੀ ਤੋਂ ਸਾਨੂੰ ਕਾਲ ਕਰ ਰਹੇ ਹੋ, ਤੁਸੀਂ ਇੱਥੇ ਸੰਗਤ ਰੂਪੀ ਵੀ ਵਿਚਰਦੇ ਹੋਗੇ ਤੇ ਅਕਾਲ ਚੈਨਲ ਬਾਰੇ ਜਿਹੜਾ ਉਹ ਇਟਲੀ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ ਰਿਸਪੌਂਸ ਹੈ, ਬਹੁਤ ਲਾਈਕ ਕਰਦੇ ਇਹਨੂੰ ਜੀ। ਅਸੀਂ ਤਾਂ ਤਕਰੀਬਨ ਸਾਰੀ ਦਿਹਾੜੀ ਲਾ ਰੱਖੀਦਾ ਚੈਨਲ ਜੀ। ਧੰਨਵਾਦ ਤੁਹਾਡਾ ਭਾਈ ਸਾਹਿਬ ਜੀ, ਹੋਰ ਕੁਝ ਕਹਿਣਾ ਚਾਹੁੰਦੇ ਹੋ? ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਸਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਸੀ ਤੇ ਉਹ ਬੀਬੀ ਦਲੀਪ ਕੌਰ ਉਹਨਾਂ ਨੂੰ ਮਿਲਣ ਵਾਸਤੇ ਇੱਕ ਜਥੇ ਦੇ ਰੂਪ ਦੇ ਵਿੱਚ ਜਾ ਰਹੇ ਸੀ। ਉਹ ਜਥਾ ਉਹਨਾਂ ਦਾ ਕਾਫੀ ਗਾਂਹ ਲੰਘ ਗਿਆ ਤੇ ਬੀਬੀ ਦਲੀਪ ਕੌਰ ਜਿਹੜੇ ਸੀ ਉਹ ਨੌਜਵਾਨ ਸੀ, ਠੀਕ ਹੈ ਜੀ, ਤੇ ਅੰਮ੍ਰਿਤਧਾਰੀ ਸੀ, ਕਿਰਪਾਨ ਉਹਨਾਂ ਨੇ ਪਹਿਨੀ ਹੋਈ ਸੀ ਤੇ ਬੀਬੀ ਦਲੀਪ ਕੌਰ ਜਿਹੜੀ ਸੀ ਆਪਣੇ ਜਥੇ ਤੋਂ ਕਾਫੀ ਪਛਾਣ ਰਹਿ ਗਈ, ਬੈਕ ਰਹਿ ਗਈ ਜੀ। ਤੇ ਤਿੰਨ ਮੁਸਲਮਾਨ ਜਿਹੜੇ ਸੀ ਨਾ ਹਮਲਾਵਰ, ਉਹਨਾਂ ਨੇ ਵੇਖਿਆ ਵੀ ਇੱਕ ਬੀਬੀ ਹੈ ਔਰ ਕੱਲੀ ਹੈ ਬਿਲਕੁਲ ਜੀ। ਉਹਨਾਂ ਨੇ ਉਹਨੂੰ ਬੀਬੀ ਨੂੰ ਘੇਰਾ ਪਾ ਲਿਆ ਤੇ ਉਹਨਾਂ ਨੇ ਕਿਹਾ ਵੀ ਤੂੰ ਹੁਣ ਕੱਲੀ ਰਹਿ ਗਈ, ਦੱਸ ਤੇਰਾ ਕੀ ਇਰਾਦਾ? ਤੇ ਬੀਬੀ ਨੇ ਅੱਗੋਂ ਇੱਕ ਗੱਲ ਕੀਤੀ, ਕਹਿੰਦੀ ਭਰਾਵੋ ਮੈਨੂੰ ਜਾਣ ਦਿਓ, ਮੇਰਾ ਜਥਾ ਅੱਗੇ ਜਾ ਰਿਹਾ, ਮੈਨੂੰ ਜਾਣ ਦਿਓ ਜੀ। ਪਰ ਜਦੋਂ ਉਹਨਾਂ ਨੇ ਸ਼ਰਮਨਾਕ ਕਰਤੂਤ ਕਰਨ ਦੀ ਹੱਦ ਤੱਕ ਪਹੁੰਚੇ ਹੋ, ਠੀਕ ਹੈ ਜੀ, ਫਿਰ ਉਹਨਾਂ ਨੇ ਕਿਹਾ ਵੀ ਪਾਪੀਓ ਫਿਰ ਮੈਂ ਤੁਹਾਨੂੰ ਕਹਿੰਦੀ ਅਜੇ ਸਮਝੋ ਜੇ ਸਮਝ ਸਕਦੇ ਹੋ ਤੇ ਨਹੀਂ ਫਿਰ ਮੇਰੇ ਕੋਲ ਕੋਈ ਤੀਜਾ ਹਲਾ। ਹਾਂ ਬਿਲਕੁਲ, ਜੋ ਗੁਰੂ ਸੱਚੇ ਪਾਤਸ਼ਾਹ ਨੇ ਵੀ ਸਾਨੂੰ ਇਹ ਸੰਦੇਸ਼ ਇਹੀ ਦਿੱਤਾ, ਚੂੰਕਾ ਰਾਜਾ ਮਾਹਿਲ ਦੇ ਦਰ ਗੋ ਜਸ਼ਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਪਰ ਜਦੋਂ ਨਾ ਸਮਝੇ ਉਹ ਬੀਬੀ ਨੇ ਫਿਰ
ਜੇ ਤਾਂ ਮੈਂ ਇਹ ਕਹਿੰਦਾ ਵੀ ਜੇ ਰੱਖੜੀ ਬੰਨਣ ਵਾਲੀ ਕੋਈ ਬੀਬੀ ਹੁੰਦੀ ਤੇ ਸ਼ਾਇਦ ਉਹ ਕਹਿੰਦੀ ਲੈ ਮੈਂ ਰੱਖੜੀ ਬੱਧੀ, ਮੇਰਾ ਭਰਾ ਅਮਰੀਕਾ ਗਿਆ, ਮੈਂ ਹੁਣ ਹੁਣੇ ਫੋਨ ਕਰਦੀ, ਹੁਣੇ ਮੇਰਾ ਭਰਾ ਆਊਗਾ, ਮੇਰੀ ਰੱਖਿਆ ਕਰੂ। ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਰੱਖੜੀ ਬੰਨੀ ਜਾ ਰਹੀ ਉਹਦਾ ਮਤਲਬ ਪਿਆਰ ਦਾ ਇੱਥੇ ਸੰਬੰਧ ਹੀ ਕੋਈ ਰੱਖੜੀ ਦਾ, ਪਿਆਰ ਨਹੀਂ ਹੈ। ਉਹ ਕਿਹਾ ਜਾ ਰਿਹਾ ਵੀ ਤੇਰੀ ਡਿਊਟੀ ਹੈ ਭਰਾਵਾ, ਤੂੰ ਮੇਰੀ ਰੱਖਿਆ ਕਰਨੀ, ਮੇਰੇ ਆਪਣੇ ਵਿੱਚ ਕੋਈ ਤਾਕਤ ਨਹੀਂ, ਕੋਈ ਪਾਵਰ ਨਹੀਂ। ਹੁਣ ਇੱਕ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ ਰਹੀ ਹੈ, ਭਰਾ ਦੀ ਕੱਲ ਫਲਾਈਟ ਹੈ ਕੈਨੇਡਾ ਅਮਰੀਕਾ ਜਾਂ ਯੂਕੇ, ਕਿਤੇ ਕਿਸੇ ਪਾਸੇ ਚਲ ਜਾਂਦਾ, ਭਰਾ ਦੀ ਭੈਣ ਦੀ ਜਿੱਤ ਉੱਤੇ ਕੋਈ ਆ ਬਣਦੀ ਜਾਂ ਕੋਈ ਪ੍ਰੋਬਲਮ ਆ ਜਾਂਦੀ ਤੇ ਉਹਦਾ ਭਰਾ ਆ ਕੇ ਉਸੇ ਸਮੇਂ ਉੱਥੇ ਅਵੇਲੇਬਲ ਹੋ ਕੇ ਉਹਦੀ ਰੱਖਿਆ ਕਿੱਦਾਂ ਕਰੂਗਾ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਹਥਿਆਰ ਇਸ ਕਰਕੇ ਫੜਾਇਆ। ਦੇਖੋ ਆ ਜਿਹੜੀ ਕਿਰਪਾਨ ਪਾਉਣ ਦੀ ਗੱਲ ਹੈ ਨਾ, ਵੀ ਸਿੱਖ ਇਹਨੂੰ ਆਪਣਾ ਅੰਗ ਸਮਝੇ, ਹਰ ਵਕਤ ਆਪਣੇ ਕੋਲ ਰੱਖੇ, ਔਰਤ ਵੀ ਪਹਿਨੇ, ਮਰਦ ਵੀ ਪਹਿਨੇ। ਇਹ ਨਹੀਂ ਵੀ ਜਨੇਊ ਕੱਲਾ ਬੰਦਾ ਪਹਿਨ ਸਕਦਾ ਤੇ ਔਰਤ ਨਹੀਂ ਪਹਿਨ ਸਕਦੀ। ਕਿਰਪਾਨ ਇੱਕ ਕੋਲ ਆਪਾਂ ਭਾਈ ਲਖਨ ਸਿੰਘ ਲੈਨੇ ਆ, ਇੱਕ ਬੇਨਤੀ ਪੂਰੀ ਕਰ ਲਈਏ, ਜਿਹੜੀ ਕਿਰਪਾਨ ਆ ਉਹ ਔਰਤ ਵੀ ਪਹਿਨੇ, ਤਾਂ ਕਿ ਜਦੋਂ ਵੀ ਕੋਈ ਪ੍ਰੋਬਲਮ ਆਵੇ ਤੇ ਭਰਾਵਾਂ ਨੂੰ ਐਵੇਂ ਔਜਣਾ ਮਾਰਦੀ ਫਿਰੋ, ਆਪਣਾ ਮੁਕਾਬਲਾ ਖੁਦ ਕਰੋ। ਇਹ ਰੱਖੜੀ ਦਾ ਤਿਉਹਾਰ ਇੱਕ ਔਰਤ ਦੀ ਗੁਲਾਮੀ ਜ਼ਹਿਨੀਅਤ ਦਾ ਪ੍ਰਤੀਕ ਆ। ਬੀਬੀ ਦਲੀਪ ਕੌਰ ਨੇ ਫਿਰ ਉਹਨਾਂ ਨੂੰ ਸੋਧਾ ਲਾਇਆ, ਕਿੰਨੇ ਝਟਕਾ ਕੇ ਪੱਲੇ ਪਾਸੇ ਮਾਰੇ, ਤੇ ਮੈਂ ਕਹਿੰਦਾ ਵੀ ਜੇਕਰ ਰੱਖੜੀ ਬੰਨਣ ਵਾਲੀ ਕੋਈ ਬੀਬੀ ਹੁੰਦੀ ਤੇ ਸ਼ਾਇਦ ਵਿਚਾਰੀ ਕਰਨਾ ਪਾਉਂਦੀ। ਕੱਲਾ ਰੱਖੜੀਆਂ ਬੰਨਣ ਤੱਕ ਸੀਮਤ ਨਾ ਰਹੋ, ਆਪ ਖੁਦ ਵੀ ਕਿਰਪਾਨ ਚਲਾਉਣੀ ਸਿੱਖੋ ਤੇ ਸ਼ਸਤਰ ਪਹਿਨੋ। ਇਹ ਮੇਰੀ ਬੇਨਤੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਭਾਈ ਸਾਹਿਬ ਜੀ, ਆਪ ਆਪਣਾ ਨਾਮ ਦੱਸੋ, ਕਿਹੜੀ ਜਗ੍ਹਾ ਤੋਂ ਬੋਲਦੇ ਜੀ? ਜੀ ਮੈਂ ਗ੍ਰੀਸ ਤੋਂ ਬੋਲਦਾ, ਗੁਰਦੀਪ ਸਿੰਘ ਜੀ। ਵੀਰ ਜੀ, ਅੱਜ ਚੱਲ ਰਹੇ ਇਸ ਟੋਪਿਕ ਤੇ ਤੁਹਾਡਾ ਬਹੁਤ ਧੰਨਵਾਦ ਆ, ਤੁਸੀਂ ਗ੍ਰੀਸ ਤੋਂ ਸਾਨੂੰ ਸਾਡੇ ਨਾਲ ਕਾਲ ਤੇ ਜੁੜੇ ਹੋਏ ਹੋ, ਤੁਹਾਡਾ ਅਸੀਂ ਕਾਲ ਚੈਨਲ ਵੱਲੋਂ ਧੰਨਵਾਦ ਕਰਦੇ ਹਾਂ। ਤੇ ਅੱਜ ਇਸ ਚੱਲ ਰਹੇ ਪ੍ਰੋਗਰਾਮ ਤੇ ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਗ੍ਰੀਸ ਤੋਂ ਜੀ, ਗ੍ਰੇਜ਼ ਆ ਇੰਗਲੈਂਡ ਵਿੱਚ, ਐਸੈਕਸ ਵਿੱਚ ਆ ਟਾਊਨ ਸਾਡਾ। ਓਕੇ ਭਾਈ ਸਾਹਿਬ ਜੀ, ਮੈਨੂੰ ਸੁਣਨ ਚ ਭਲੇਖਾ ਲੱਗ ਗਿਆ, ਕੀ ਕਹਿਣਾ ਚਾਹੋਗੇ ਅੱਜ ਇਸ ਪ੍ਰੋਗਰਾਮ? ਮੈਂ ਜੀ ਟੈਲੀਵਿਜ਼ਨ ਹੁਣੇ ਲਾਇਆ ਸੀ, ਮੈਂ ਗੱਲ ਕਹਿਣੀ ਚਾਹੁੰਦਾ ਭਈ ਸ਼ਾਇਦ ਕਿਸੇ ਵੀਰ ਨੇ ਜਾਂ ਭੈਣ ਨੇ ਪਹਿਲਾਂ ਕਹਿ ਵੀ ਦਿੱਤਾ ਹੋਊਗਾ ਭਈ ਜੇ ਜਿਹੜੀ ਮੈਂ ਗੱਲ ਕਹਿਣ ਲੱਗਾ ਤਾਂ ਜੇ ਮੈਂ ਨਹੀਂ ਸੁਣੀ ਹੋਈ ਤਾਂ ਮੈਂ ਖਿਮਾ ਦਾ ਜੱਚ ਕਿਆ ਜੀ। ਮੈਂ ਇਹ ਕਹਿਣਾ ਚਾਹੁੰਦਾ ਜੀ ਭਈ ਹਰੇਕ ਆਪਣੇ ਗੁਰਸਿੱਖ ਆਪਣੇ ਗੁਰਸਿੰਘ ਨੀ ਦੋ ਵੇਲੇ ਅਰਦਾਸ ਵਿੱਚ ਕਹਿੰਦੀ ਆ ਸਰਬੱਤ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ, ਮਤਲਬ ਹੈ ਜੀ। ਤੇ ਇਹ ਵਿੱਚ ਭੈਣ ਭਾਈ ਨੂੰ ਆਪਣੀ ਜਿਹੜੀ ਭੈਣ ਕਹਿੰਦੀ ਆ ਸਰਬੱਤ ਦਾ ਭਲਾ ਮੰਗਦੀ ਆ, ਸਾਰੇ ਭਰਾਵਾਂ ਦਾ ਭਲਾ ਮੰਗਦੀ ਆ, ਤੇ ਜਿਹੜਾ ਵੀਰ ਆ ਉਹ ਵੀ ਸਾਰੀ ਆਪਣੇ ਭੈਣਾਂ ਦੀ ਰੱਖਿਆ ਵਾਸਤੇ ਸਰਬੱਤ ਦਾ ਭਲਾ, ਸਾਰੀਆਂ ਸਰਬੱਤ ਦੀਆਂ ਭੈਣਾਂ ਸਾਰਿਆਂ ਨੂੰ ਆਪਣੇ ਆਪਣੇ ਉਹਦਾ ਸਰਬੱਤ ਦਾ ਭਲਾ ਮੰਗਦੇ ਆ। ਤੇ ਰੱਖੜੀ ਵਿੱਚ ਮੇਰਾ ਭਰਾ ਹੀ ਮੇਰੀ ਰੱਖਿਆ ਕਰੇ ਜਾਂ ਮੇਰੀ ਭੈਣ ਮੇਰੀ ਰੱਖਿਆ ਕਰੇ ਜਾਂ ਕਿੱਦਾਂ, ਇਹਦੇ ਵਿੱਚ ਸਰਬੱਤ ਦਾ ਭਲਾ ਜਦ ਵਿੱਚ ਆ ਜਾਂਦਾ ਤੇ ਮੇਰੇ ਖਿਆਲ ਵਿੱਚ ਸਭ ਕੁਛ ਆ ਜਾਂਦਾ ਜੀ। ਤੇ ਇਹ ਸਭ ਕਰਮ ਕਾਂਡ ਹੀ ਆ ਜੀ ਰੱਖੜੀ ਵਗੈਰਾ ਕਰਨਾ। ਬਹੁਤ ਧੰਨਵਾਦ, ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬਹੁਤ ਵਧੀਆ ਭਾਈ ਲਖਵਿੰਦਰ ਸਿੰਘ ਜੀ, ਇਹ ਵੀਰ ਜੀ ਵੀ ਸਾਡੇ ਨਾਲ ਜਿਹੜਾ ਕਾਲ ਕਰਕੇ ਤੇ ਆਪਣਾ ਰਾਬਤਾ ਕੰਮ ਕਰਕੇ ਗਏ ਨੇ। ਤੇ ਦੂਸਰੀ ਗੱਲ, ਜਿਹੜਾ ਸਾਡਾ ਵਿਸ਼ਾ ਚੱਲ ਰਿਹਾ, ਔਰ ਇੱਕ ਕਾਲਰ ਸਾਡੇ ਨਾਲ ਜੁੜੇ, ਕਾਲ ਲੈ ਕੇ ਫਿਰ ਆਪਾਂ ਅੱਗੇ ਵਧਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ। ਭਾਈ ਸਾਹਿਬ ਜੀ, ਆਪ ਆਪਣਾ ਨਾਮ ਦੱਸੋ ਤੇ ਕਿਹੜੀ ਜਗ੍ਹਾ ਤੋਂ ਬੋਲਦੇ ਜੀ? ਹਾਂਜੀ, ਮੇਰਾ ਨਾਮ ਬਲਵਿੰਦਰ ਸਿੰਘ ਬਰਾੜ, ਮੈਂ ਸਾਊਥ ਹਾਲ ਤੋਂ ਬੋਲਦਾ ਜੀ। ਵੀਰ ਜੀ, ਅੱਜ ਇਸ ਚੱਲ ਰਹੇ ਪ੍ਰੋਗਰਾਮ ਤੇ ਇਸ ਟੌਪਿਕ ਦੇ ਉੱਤੇ ਅਕਾਲ ਚੈਨਲ ਰਾਹੀਂ ਆਪ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਜੋ ਪ੍ਰੋਗਰਾਮ ਕਰਨਾ ਸਾਰੀ ਸੰਗਤ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਤੁਹਾਡਾ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਅੱਜ ਦੇ ਇਸ ਜੋ ਰੱਖੜੀ ਦੇ ਸੰਬੰਧ ਵਿੱਚ ਪ੍ਰੋਗਰਾਮ ਕਰ ਰਹੇ ਹੋ ਜੀ। ਸਾਡੇ ਵਿੱਚ ਇੱਡੀ ਅਗਿਆਨਤਾ ਆ ਗਈ ਜੀ, ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਐਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਜੀ। ਅਸੀਂ ਪੰਜਾਬ ਦੇ ਵਿੱਚੋਂ ਚੱਲ ਕੇ ਇਹਨਾਂ ਮੁਲਕਾਂ ਵਿੱਚ ਵੀ ਆ ਕੇ, ਚਲੋ ਇਹ ਵੀ ਹੋਇਆ ਵੀ ਸਾਡੇ ਮਾਇਆ ਵੀ ਬਥੇਰੀ ਕਮਾ ਲਈ ਅਸੀਂ ਨੇ ਜੀ, ਪਰ ਅਸੀਂ ਗੁਰੂ ਦੀ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਹਾਂ ਜੀ। ਇੱਥੇ ਆ ਕੇ ਕਈ ਵਾਰੀ ਦੇਖੀ ਦਾ ਸਾਡੀਆਂ ਭੈਣਾਂ ਨੇ ਜਿਹੜੀਆਂ ਇੱਥੇ ਆ ਕੇ ਵੀ ਜੀ, ਅਸੀਂ ਕਹਿੰਦੇ ਵੀ ਸਾਡੇ ਇੱਥੇ ਆ ਕੇ ਜੀ ਪੜ੍ਹੇ ਲਿਖੇ ਆ, ਬਹੁਤ ਐਜੂਕੇਸ਼ਨ ਹੋ ਗਈ ਹੈ ਨਾ ਜੀ, ਬੜਾ ਕੁਝ ਸਮਝਦੇ, ਪਰ ਫਿਰ ਵੀ ਅਸੀਂ ਇੱਥੇ ਆ ਕੇ ਵੀ ਇੱਕ ਉਹ ਗਿਆਨ ਦੇ ਹਨੇਰੇ 'ਚ ਫਸੇ ਬੈਠੇ। ਵੀਰ ਜੀ, ਗੱਲ ਇਹ ਆ ਵੀ ਸਾਡੇ ਸਰੀਰ ਭਾਵੇਂ ਇੱਥੇ ਆ ਗਏ ਆ, ਅਸੀਂ ਡਿਵੈਲਪ ਵੀ ਹੋ ਗਏ ਆ, ਘਰ ਬਾਰ ਵੀ ਸਭ ਕੁਝ ਬਣਾ ਲਿਆ, ਬਟ ਸੋਚ ਜਿਹੜੀ ਨਾ ਉਹ ਬ੍ਰਾਹਮਣਵਾਦੀ ਵਿਪਰਵਾਦੀ ਹੈ, ਕਿਉਂਕਿ ਸੋਚ ਸਾਡੇ ਨਾਲ ਆ ਗਈ ਹੈ, ਉਹ ਬ੍ਰੇਨ ਸਾਡੇ ਨਾਲ ਆ ਗਿਆ, ਜਦੋਂ ਤੱਕ ਅਸੀਂ ਉਹਨੂੰ ਸੋਚ ਨੂੰ ਦੂਰ ਨਹੀਂ ਕਰਦੇ ਉਦੋਂ ਤੱਕ ਸਾਡਾ ਕੁਝ ਸੁਧਰ ਨਹੀਂ ਸਕਦਾ। ਅਸੀਂ ਜੇ ਸੋਚੀਏ ਪਹਿਲਾਂ ਤਾਂ ਸਾਡੇ ਵੱਡੇ ਭਾਗ ਦੇ ਸਾਨੂੰ ਸਿੱਖਾਂ ਦੇ ਘਰੇ ਜਨਮ ਹੋ ਗਿਆ ਸਾਡਾ, ਹਾਂਜੀ, ਸਾਡੀਆਂ ਭੈਣਾਂ ਨੂੰ ਇੱਥੇ ਆ ਕੇ ਜੇ ਅਸੀਂ ਵੇਖਦਾ, ਜੋ ਕਈ ਵਾਰੀ ਆਪਣੇ ਆਪ ਨੂੰ ਸਮਝਦੇ ਵੀ ਸਾਡੀਆਂ ਸਿੱਖਾਂ ਦੀਆਂ ਕੁੜੀਆਂ, ਸਿੱਖਾਂ ਦੀਆਂ ਲੜਕੀਆਂ, ਪਰਿਵਾਰ ਆ ਕੇ ਫਿਰ ਵੀ ਕਰਮ ਕਾਂਡਾਂ ਦੇ ਵਿੱਚ ਫਸ ਕੇ ਸਾਨੂੰ ਫਿਰ ਵੀ ਅਗਿਆਨਤਾ ਦੇ ਵਿੱਚ ਫਸੇ ਬੈਠੇ ਹਾਂ। ਕਦੇ ਜੇ ਵੀ ਭੈਣ ਤੇ ਭਰਾ ਦਾ ਪਿਆਰ ਆ, ਜੇ ਤੁਹਾਨੂੰ ਪਤਾ ਮੇਰਾ ਭੈਣ ਤੇ ਭਰਾ ਆਪਦੇ ਭਰਾ ਦੇ ਨਾਂ ਤੇ, ਤੁਸੀਂ ਉਹਦੇ ਜਿੱਥੇ ਇੱਕ ਜਪ ਦੀ ਸਦਾ ਪਾਠ ਕਰਦੇ ਹੋ ਦੋ ਪਾਠ ਕਰਿਆ ਕਰੋ,
ਆਪਣੇ ਜੀਵਨ ਦਾ ਪ੍ਰੋਗਰਾਮ ਅਕਾਲ ਚੈਨਲ ਸੁਣ ਰਹੇ ਨੇ, ਕਈ ਦਾ ਇਹ ਗੱਲ ਸੁਣਨ ਨੂੰ ਤਿਆਰ ਨੇ ਨੀ, ਕਿਉਂਕਿ ਸੱਚ ਤਾਂ ਹਮੇਸ਼ਾ ਬਾਅਦ ਸੁਣਨਾ ਵੀ ਔਖਾ ਹੈ ਸਾਡੇ। ਮੈਂ ਤਾਂ ਜੋ ਸੰਗਤਾਂ ਸੁਣੀ ਉਹਨਾਂ ਨੂੰ ਬੇਨਤੀ ਕਰੂੰਗਾ ਭਾਈ, ਆਪਾਂ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕਰਤੀ ਹੈ, ਬਹੁਤ ਵਧੀਆ ਸਾਨੂੰ ਅਗਿਆਨ ਦੇ ਹਨੇਰੇ ਚੋਂ ਕੱਢਿਆ, ਅਸੀਂ ਗੁਰੂ ਦੀ ਗੱਲ ਨੂੰ ਸਮਝੀਏ। ਇਹਨਾਂ ਭਰਮਾਂ ਅੱਜ ਮੈਂ ਵੇਖਦਾ ਜੀ ਬਰੋਡਵੇ ਤੇ ਇੰਨੀਆਂ ਲਾਈਨਾਂ ਲੱਗੀਆਂ ਪਈਆਂ ਰੱਖੜੀਆਂ ਲੈਣ ਵਾਲਿਆਂ ਨੇ ਜੀ, ਮੈਂ ਵੇਖਿਆ ਜੀ ਕਿਤੇ ਪਤਾ ਨੀ, ਸਾਨੂੰ ਇਹ ਨੀ ਪਤਾ ਸਾਡੇ ਗੁਰੂ ਸਾਹਿਬ ਦਾ ਗੁਰਪੁਰਬ ਇਹਦੇ ਬਾਰੇ ਨੀ ਪਤਾ ਹੁੰਦਾ, ਪਤਾ ਨੀ ਬਿਲਕੁਲ ਸਹੀ, ਕਿਸੇ ਨੂੰ ਨੀ ਪਤਾ ਹੁੰਦਾ, ਪਰ ਰੱਖੜੀ ਦਾ ਜ਼ਰੂਰ ਪਤਾ ਹੁੰਦਾ, ਅੱਜ ਰੱਖੜੀਆਂ ਲੈ ਕੇ ਜਾਣੀ ਨੇ। ਬਿਲਕੁਲ ਭਾਈ ਸਾਹਿਬ ਜੀ ਤੁਹਾਡਾ ਕਾਲ ਕਰਦਾ ਬਹੁਤ ਧੰਨਵਾਦ ਜੀ, ਇੰਡੀਆ ਨੂੰ ਪਾ ਰਹੀਆਂ ਨੇ ਰੱਖੜੀਆਂ ਜੀ ਇੱਥੇ, ਦੇਖੋ ਕਿੰਨੇ ਖਰਚੇ ਕਰ ਕਰਕੇ। ਬਿਲਕੁਲ ਵੀਰ ਜੀ ਬਹੁਤ ਵਧੀਆ ਤੁਸੀਂ ਮੈਸੇਜ ਦਾ, ਤੁਹਾਡਾ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਵਧੀਆ ਇੱਕ ਮੈਸੇਜ ਜਿਹੜਾ ਸਾਨੂੰ ਉਹ ਦੇ ਕੇ ਗਏ ਨੇ, ਤੇ ਭਾਈ ਲਖਵਿੰਦਰ ਸਿੰਘ ਜੀ ਮੈਂ ਕਹਿਣਾ ਚਾਹਾਂਗਾ ਵੀ ਜੇ ਰੱਖੜੀ ਬੰਨ ਕੇ ਭਰਾ ਕੋ ਅਸੀਂ ਹਿਫਾਜ਼ਤ ਦਾ ਵਾਅਦਾ ਲੈਣਾ, ਤੇ ਜਿਹੜਾ ਅਸੀਂ ਜੇ ਪੁਰਾਣੇ ਵੱਲ ਨਾ ਜਾਈਏ ਕੁਛ ਸਮੇਂ ਪਿੱਛੇ ਝਾਤੀ ਮਾਰੀਏ ਜਿਹੜੀਆਂ ਇੰਡੀਆ ਦੇ ਵਿੱਚ ਘਟਨਾਵਾਂ ਵਰਤੀਆਂ, ਤੇ ਜੇ ਫਿਰ ਉਹ ਉੱਥੇ ਆਣ ਕੇ ਭਰਾ ਫਿਰ ਹਾਜ਼ਰ ਕਿਉਂ ਨਹੀਂ ਹੋ ਸਕੇ। ਮੈਨੂੰ ਚੇਤਾ ਆ ਗਿਆ ਪਿੱਛੇ ਦਾਮਣੀ ਨਾਮ ਦੀ ਕੁੜੀ ਜਿਹੜਾ ਜਿਹਦਾ ਬੱਚੀ ਦੇ ਨਾਲ ਦਿੱਲੀ ਦੇ ਵਿੱਚ ਦੁਸ਼ਕਰਮ ਚੱਲਦੀ ਬੱਸ ਦੇ ਵਿੱਚ ਜਿਹੜਾ ਬੜਾ ਇੱਕ ਮਸ਼ਹੂਰ ਹੋਇਆ ਸੀ, ਤੇ ਉਹ ਸਾਰਾ ਹਿੰਦੁਸਤਾਨ ਜਿਹੜਾ ਸੀ ਜਾਗਿਆ, ਪ੍ਰੋਟੈਸਟ ਬਹੁਤ ਜ਼ਿਆਦਾ ਕੀਤਾ ਗਿਆ, ਬੜੀ ਮੁਹੱਬਤੀਆਂ ਜਗਾਈਆਂ ਜੀ। ਮੈਨੂੰ ਚੇਤਾ ਉੱਥੇ ਕਿਸੇ ਹਿੰਦੁਸਤਾਨ ਦੇ ਇੱਕ ਹਿੰਦੂ ਨੇਤਾ ਨੇ ਆਪਣਾ ਇੱਕ ਬਿਆਨ ਦਿੱਤਾ, ਮੈਨੂੰ ਨਾਮ ਉਹਦਾ ਖਿਆਲ ਨਹੀਂ ਕੀ ਹੈ ਜੀ, ਉਹਨੇ ਗੱਲ ਕਹੀ, ਕਹਿੰਦਾ ਵੀ ਇਹ ਮੇਰੀ ਬੱਚੀਓ, ਜੇ ਤੁਸੀਂ ਚਾਹੁੰਦੀ ਹੋ ਕਿ ਅੱਜ ਦੇ ਟਾਈਮ ਅੱਜ ਦੇ ਸਮੇਂ ਵਿੱਚ ਤੁਹਾਡੀ ਇੱਜ਼ਤ ਬਚੇ, ਆਪਣੀ ਹਿਫਾਜ਼ਤ ਕਰੋ, ਆਪਣੀ ਹਿਫਾਜ਼ਤ ਤੁਸੀਂ ਕਰ ਸਕੋ, ਤੇ ਕਹਿੰਦਾ ਸਭ ਤੋਂ ਵਧੀਆ ਗੱਲ ਤੁਹਾਨੂੰ ਮੈਸੇਜ ਇਹ ਦਊਂਗਾ, ਤੁਸੀਂ ਅੰਮ੍ਰਿਤਧਾਰੀ ਹੋ ਜਾਓ, ਤੁਸੀਂ ਅੰਮ੍ਰਿਤ ਛਕ ਲਓ, ਜਦੋਂ ਤੁਸੀਂ ਅੰਮ੍ਰਿਤ ਛਕ ਲਓਗੇ ਤੁਹਾਡੇ ਕੋਲ ਹਥਿਆਰ ਹੋਊਗਾ। ਮੈਂ ਇੱਕ ਬੇਨਤੀ ਹੋਰ ਕਰੂੰਗਾ ਵੀ ਮੰਨ ਲਓ ਇੱਕ ਬੀਬੀ ਹੈ, ਉਹਨੇ ਅੰਮ੍ਰਿਤ ਛਕਿਆ, ਕਿਰਪਾਨ ਗੁਰੂ ਦੀ ਪਹਿਣੀ ਹੋਈ ਆ, ਠੀਕ ਹੈ, ਪੂਰੇ ਬਾਣੀ ਦੇ ਵਿੱਚ ਆ, ਕਿਸੇ ਦੀ ਮਜ਼ਾਲ ਨਹੀਂ ਹੁੰਦੀ ਉਹਦੇ ਵੱਲ ਅੱਖ ਪੁੱਟ ਕੇ ਦੇਖ ਸਕੇ, ਠੀਕ ਹੈ, ਕਿਸੇ ਦੀ ਮਜ਼ਾਲ ਨਹੀਂ ਹੁੰਦੀ ਉਹਦੇ ਨਾਲ ਕੋਈ ਮਖੌਲ ਕਰ ਸਕੇ, ਮਖੌਲ ਵੀ ਉੱਥੇ ਪੈਦਾ ਹੁੰਦਾ ਜਿੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਆਪ ਆਪਣਾ ਨਾਂ ਦੱਸੋ ਤੇ ਕਿਹੜੀ ਜਗ੍ਹਾ ਤੋਂ ਬੋਲਦੇ ਜੀ? ਮੈਂ ਗਰਮੀਲ ਗਲਾਸਪੁਰ ਤੋਂ ਬੋਲਦਾ ਜੀ। ਇਹ ਬਹੁਤ ਧੰਨਵਾਦ ਤੁਹਾਡਾ ਵੀਰ ਜੀ, ਤੇ ਵੀਰ ਜੀ ਅੱਜ ਇਸ ਚੱਲ ਰਹੇ ਪ੍ਰੋਗਰਾਮ ਤੇ ਥੋੜੇ ਜਿਹੇ ਸਮੇਂ 'ਚ ਕੀ ਕਹਿਣਾ ਚਾਹੋਗੇ? ਥੋੜੇ ਸਮੇਂ 'ਚ ਮੈਂ ਇਹੀ ਕਹਿਣਾ ਚਾਹੁੰਦਾ ਜੀ, ਪਹਿਲਾਂ ਤਾਂ ਜਿਹੜੇ ਰੱਖੜੀ ਹੈ ਨਾ ਉਹਦੇ ਮਾਇਨੇ ਕੀ ਹੈ, ਉਹ ਆਪਣੇ ਬਹੁਤੀਆਂ ਭੈਣਾਂ ਤੋਂ ਪਤਾ ਹੀ ਨਹੀਂ ਹੈ ਕਿ ਰੱਖੀ ਦੇ ਮਾਇਨੇ, ਸਿਰਫ ਰੱਖੜੀ ਦਾ ਪਿਆਰ ਭੈਣ ਭਰਾ ਦਾ ਨਹੀਂ ਹੈ, ਦਰਅਸਲ ਮਾਇਨਾ ਹੁੰਦਾ ਰੱਖਿਆ, ਰੱਖਿਆ ਰੱਖਿਆ, ਭਰਾ ਨੇ ਭੈਣ ਦੀ ਰੱਖਿਆ ਕਰਨੀ ਹੈ, ਇਹ ਮੈਨਾਂ ਇਹ ਹੈ। ਬਹੁਤਿਆਂ ਨੂੰ ਸਾਨੂੰ ਪਤਾ ਨਹੀਂ ਹੈ, ਅਸੀਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਰ ਰਹੇ ਹੋ, ਇਹ ਜਿਸ ਤਰ੍ਹਾਂ ਚਲੀ ਜਾਂਦਾ ਸਾਡੀਆਂ ਭੈਣਾਂ ਨੂੰ ਚੰਗ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਬ੍ਰਿਟੇਨ ਵਿੱਚ ਆ ਗਏ ਹਾਂ ਤੇ ਕ੍ਰਿਸਮਸ ਮਨਾਉਣੀ ਸ਼ੁਰੂ ਕਰ ਲਈ ਹੈ, ਇੰਡੀਆ ਵਿੱਚ ਹਿੰਦੂ ਵਰਲਡ ਵਿੱਚ ਸੀ ਤਾਂ ਅਸੀਂ ਹਿੰਦੂਆਂ ਦੇ ਕੰਮ ਕਾਰਜ ਕਰਦੇ ਰਹੇ ਹਾਂ, ਜੇ ਉਹ ਭੈਣ ਕਹਿੰਦੀ ਹੈ ਵੀ ਜੀ ਇੱਥੇ ਮਦਰ ਡੇ ਆ ਗਿਆ, ਮਦਰ ਡੇ ਅੰਗਰੇਜ਼ਾਂ ਦਾ ਮਨਾਉਣ ਲੱਗ ਪਏ ਆ, ਤੇ ਜਿਹੜਾ ਸਿੱਖ ਧਰਮ ਵਿੱਚ ਜਿਹੜੀ ਚੀਜ਼ਾਂ ਹੈਗੀ ਆ ਮਰਿਆਦਾ, ਉਹਦਾ ਕੋਈ ਧਿਆਨ ਨਹੀਂ, ਅਸੀਂ ਜਿਹੜੀ ਵੀ ਚੀਜ਼ ਦੇਖਦੇ ਉਹੀ ਮਨਾਉਣੀ ਸ਼ੁਰੂ ਕਰ ਲੈਂਦੇ ਆਪਾਂ ਨੂੰ ਸ਼ਹੀਦ ਯਾਦ ਨਹੀਂ, ਆਪਣੇ ਜਿਹੜੇ ਸ਼ਹੀਦ ਵੱਡੇ ਵਡੇਰੇ ਭਰਾ ਨੇ ਉਹ ਸਾਨੂੰ ਯਾਦ ਨਹੀਂ। ਭਾਈ ਸਾਹਿਬ ਸ਼ਹੀਦ ਵੀ ਯਾਦ ਨਹੀਂ, ਗੁਰੂਆਂ ਦੇ ਨਾਮ ਵੀ ਯਾਦ ਨਹੀਂ। ਬਿਲਕੁਲ ਜੀ ਬਿਲਕੁਲ ਸਹੀ ਤੁਹਾਡੀ ਗੱਲ, ਬਹੁਤ ਵੀਰ ਜੀ ਤੁਹਾਡਾ ਧੰਨਵਾਦ, ਸਾਡੇ ਕੋਲ ਸਮਾਂ ਬੜਾ ਸੀਮਿਤ ਆ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬਹੁਤ ਵਧੀਆ ਜਿਹੜਾ ਸੀ ਉਹ ਸਾਡੇ ਵੀਰ ਜੀ ਜਿਹੜਾ ਆਪਣਾ ਮੈਸੇਜ ਜਿਹੜਾ ਸੰਗਤਾਂ ਤੱਕ ਅਕਾਲ ਚਿੰਨ ਰਾਹੀਂ ਦੇ ਗਏ ਨੇ, ਅਤੇ ਅਸੀਂ ਆਉਣ ਵਾਲੇ ਸਮੇਂ 'ਚ ਸਾਡਾ ਕਿਉਂਕਿ ਸਾਡਾ ਸਮਾਂ ਵੀ ਸਮਾਪਤ ਆ, ਅਸੀਂ ਖਿਮਾ ਚਾਹਾਂਗੇ ਹੋਰ ਜਿਹੜੀਆਂ ਸਾਨੂੰ ਬਹੁਤ ਸਾਰੀਆਂ ਕਾਲਾਂ ਆ ਰਹੀਆਂ, ਸ਼ਾਇਦ ਅਸੀਂ ਕਾਲਾਂ ਨਾ ਲੈ ਸਕੀਏ। ਇੱਕ ਕਾਲਰ ਸ਼ਾਇਦ ਸਾਡੇ ਨਾਲ ਜੁੜੇ ਹੋਏ ਨੇ ਅਤੇ ਅਸੀਂ ਵੇਖ ਲੈਂਦੇ ਜੇ ਉਹ ਸਾਡੇ ਨਾਲ ਜੁੜੇ ਨੇ ਤੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਰਵਿੰਦਰ ਬੋਲ ਰਿਹਾ ਜੀ। ਹਾਂਜੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਆ। ਵੀਰ ਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਇਸ ਪ੍ਰੋਗਰਾਮ ਦੇ ਉੱਤੇ? ਮੈਂ ਬੜਾ ਹੀ ਖੁਸ਼ ਹਾਂ ਵੀ ਤੁਸੀਂ ਦੇਰ ਆਏ ਦਰੁਸਤ ਆਏ, ਬਹੁਤ ਦੇਰ ਬਾਅਦ ਤੁਸੀਂ ਇਹ ਸਟੈਪ ਜਿਹੜਾ ਚੱਕਿਆ ਚੈਨਲ ਤੇ ਜੀ, ਬਹੁਤ ਧੰਨਵਾਦ ਜੀ, ਕਿਉਂਕਿ ਇਹ ਸਿੱਖ ਕੌਮ ਨੂੰ ਹਮੇਸ਼ਾ ਹੀ ਜੀ ਚਾਣਕੀਆ ਰੀਤੀ ਨੀਤੀ ਰਾਹੀਂ ਮਾਰਿਆ ਗਿਆ ਜੀ, ਬਿਲਕੁਲ, ਤੇ ਇਹ ਜਿਹੜਾ ਤੁਸੀਂ ਸਟੈਪ ਚੱਕਿਆ ਇਹ ਬਹੁਤ ਚੰਗੀ ਗੱਲ ਆ, ਕਿਉਂਕਿ ਸਾਡੇ ਨੌਜਵਾਨ ਵੀਰ ਸਾਡੀਆਂ ਭੈਣਾਂ ਜਾਂ ਸਾਡੇ ਬੱਚਿਆਂ ਨੂੰ ਪਤਾ ਲੱਗ ਜਾਏ ਵੀ ਸਾਡਾ ਸਿਧਾਂਤ ਕੀ ਆ ਸਿੱਖੀ ਦਾ ਜੀ, ਅਸੀਂ ਲੋਕ ਕਿੱਦਾਂ ਕਾਮਯਾਬ ਹੋ ਸਕਦੇ ਹਾਂ। ਮੈਂ ਪਿਛਲੇ ਦਿਹਾੜਿਆਂ 'ਚ ਬੋਲਿਆ ਵੀ ਸੀ ਚੈਨਲ ਤੇ ਜੀ, ਬਈ ਪਿਛਲੇ ਜ਼ਮਾਨੇ 'ਚ ਕਹਿੰਦੇ ਸੀ ਮਨੂ ਦਾ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ ਸਿੱਖ, ਬਿਲਕੁਲ, ਅੱਗੇ ਨਹੀਂ ਵੱਧ ਸਕੇ ਕਿਉਂਕਿ ਉਹਨਾਂ ਨੂੰ ਖਤਰਾ ਸੀ ਮੁਗਲਾਂ ਤੋਂ ਜੀ, ਪਰ ਇੰਨੇ ਸੌ ਸਾਲਾਂ ਬਾਅਦ ਵੀ ਸਾਡੀ ਓਨੀ ਗਿਣਤੀ ਰਹੀ ਜਿੰਨੀ ਕਿ 2 ਕਰੋੜ ਜਾਂ 1.5 ਕਰੋੜ ਹੀ ਰਹੀ ਹਿੰਦੁਸਤਾਨ 'ਚ ਜੀ। ਪਰ ਇਹ ਮੈਨੂੰ ਗੱਲ, ਮੈਂ ਉਸ ਦਿਨ ਟੈਲੀ ਤੇ ਵੀ ਕਿਹਾ ਸੀ ਵੀ ਜਿੰਨਾ ਚਿਰ ਅਸੀਂ ਆਪਣੇ ਸਾਰਥਕ ਤੌਰ ਤੇ ਪੱਖ ਨਾਲ ਖੜੇ ਨਹੀਂ ਹੁੰਦੇ ਉਸ ਤੇ ਉਸ ਢੰਗ ਨਾਲ ਸਾਡੀ ਗਿਣਤੀ
ਇਸ ਕਰਕੇ ਮੈਂ ਤੁਹਾਨੂੰ ਬਹੁਤ ਜਾਣੀ ਮੁਬਾਰਕਬਾਦ ਦਿੰਦਾ ਕਿ ਤੁਸੀਂ ਇਸ ਸਿਧਾਂਤ ਨੂੰ ਅਪਣਾਇਆ ਔਰ ਲੋਕਾਂ ਨੂੰ ਸਿੱਧੇ ਰਸਤੇ ਪਲੇਟਫਾਰਮ ਮਿਲਿਆ ਤੇ ਅਸੀਂ ਅੱਜ ਦੁਨੀਆ ਤੱਕ ਜਿਹੜੀ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ। ਜਿੰਨੇ ਵੀ ਆਪਣੇ ਤਿੰਨੇ ਚੈਨਲ ਹੈ ਤਿੰਨਾਂ ਤੇ ਥੋੜਾ ਥੋੜਾ ਭਾਵਾਂ ਦਿਓ ਦਿਓ ਸਹੀ ਪ੍ਰੋਗਰਾਮ ਜਿਹੜਾ ਲੋਕਾਂ ਨੂੰ ਅਵੇਅਰਨੈਸ ਹੋਵੇ ਵੀ ਅਸੀਂ ਕਿਸ ਸਿਧਾਂਤ ਨਾਲ ਜੁੜੇ ਆ ਜੀ, ਬਾਣੀ ਸਾਨੂੰ ਕੀ ਕਹਿੰਦੀ ਆ ਜੀ, ਔਰ ਅਸੀਂ ਬਾਣੀ ਨੂੰ ਅਪਣਾਉਣਾ ਕਿੱਦਾਂ, ਕਿਉਂਕਿ ਇਹ ਜਿਹੜਾ ਜਿੰਨਾ ਵੀ ਬ੍ਰਾਹਮਣਵਾਦ ਜਾਂ ਹੋਰ ਵੀ ਚੀਜ਼ਾਂ ਸਾਡੇ ਨਾਲ ਚੰਬੜੀਆਂ ਜੀ, ਇਹ ਜਿੰਨਾ ਚਿਰ ਅਸੀਂ ਲਾਉਂਦੇ ਨਹੀਂ ਇਹ ਅਸੀਂ ਸੁਰਖਰੂ ਨਹੀਂ ਹੋ ਸਕਦੇ ਇਸ ਕੰਮ ਤੋਂ ਜੀ। ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਇਹਨਾਂ ਨੇ ਸਵਾਲ ਕੀਤਾ ਤੇ ਭਾਈ ਲਖਵਿੰਦਰ ਸਿੰਘ ਜੀ ਅਸੀਂ ਇਹ ਆ ਵੀ ਕਿਸੇ ਦੀ ਤੇ ਗਰੰਟੀ ਨਹੀਂ ਲੈ ਸਕਦੇ, ਪਰ ਅਸੀਂ ਜਿੱਥੋਂ ਤੱਕ ਹੋਏ ਕਾਲ ਚੈਨਲ ਦੇ ਪਲੇਟਫਾਰਮ ਤੋਂ ਜਿਹੜੀ ਸੱਚ ਦੀ ਆਵਾਜ਼ ਆ ਉਹਨੂੰ ਜਿੰਨਾ ਚਿਰ ਸਾਡੇ ਸਾਹ ਪ੍ਰਾਣ ਰਹਿਣਗੇ ਗੁਰੂ ਸਾਡੇ ਤੇ ਬਖਸ਼ਿਸ਼ ਕਰੇਗਾ ਅਸੀਂ ਉਸ ਇਸ ਆਵਾਜ਼ ਨੂੰ ਬੁਲੰਦ ਕਰਦੇ ਰਹਾਂਗੇ। ਤੇ ਭਾਈ ਸਾਹਿਬ ਜੀ ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਜਾ ਰਿਹਾ ਤੇ ਇੱਕ ਜਿਹੜਾ ਸਵਾਲ ਸਾਨੂੰ ਭਾਈ ਬਘੇਲ ਸਿੰਘ ਕਰਕੇ ਗਏ ਸਨ ਵੀ ਗੁਰਦੁਆਰਿਆਂ 'ਚ ਨਿਸ਼ਾਨ ਸਾਹਿਬ ਨੂੰ ਜਾਂ ਪੀੜੇ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਸਾਹਿਬ ਨੂੰ ਜਾਂ ਸਾਹਮਣੇ ਕਈ ਦੀ ਸਟੇਜ 'ਤੇ ਜਿਹੜੀਆਂ ਰੱਖਣੀਆਂ ਬੱਧੀਆਂ, ਕਿਉਂਕਿ ਜੇ ਉਹਨਾਂ ਦੇ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਉਹ ਮੁੜ ਕੇ ਵੀ ਜਿਹੜਾ ਵਾ ਉਹ ਮੇਰੇ ਉੱਤੇ ਥੋੜ੍ਹਾ ਜਿਹਾ ਕਹਿਣਗੇ ਵੀ ਹੈ ਨਾ, ਇਸ ਕਰਕੇ ਅਸੀਂ ਭਾਈ ਬਘੇਲ ਸਿੰਘ ਜਿਹੜੇ ਸਾਡੇ ਵੱਡੇ ਵੀਰ ਨੇ ਸਿਆਣੇ ਪ੍ਰਜੈਂਟਰ ਨੇ ਅਤੇ ਉਹ ਕੀ ਕਹਿਣਾ ਚਾਹੋਗੇ ਉਹਨਾਂ ਦੇ ਸਵਾਲ? ਦੇਖੋ ਜੀ, ਗੁਰੂ ਸਾਹਿਬ ਦੇ ਪੀੜੇ ਰੱਖਣੀਆਂ ਬਣਨੀਆਂ, ਨਿਸ਼ਾਨ ਸਾਹਿਬ ਨੂੰ ਰੱਖਣੀ ਬਣੀ, ਇਹ ਤਾਂ ਸਾਡੀ ਇੱਕ ਮਾਮੂਲੀ ਜੀ ਗੱਲ ਹੋ ਗਈ ਜੀ, ਪਰ ਹੈ ਬਿਲਕੁਲ ਗਲਤ ਆ। ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜੀਆਂ ਬੀਬੀਆਂ ਪੀੜੇ ਨੂੰ ਜਾ ਕੇ ਰੱਖਣੀਆਂ ਬਣ ਰਹੀਆਂ ਉਹ ਕੀ ਕਹਿ ਰਹੀਆਂ ਵੀ ਤੂੰ ਸਾਡਾ ਭਰਾ ਵਾ ਜੀ, ਸਾਡੀ ਆ ਕੇ ਰੱਖਿਆ ਕਰੀ, ਠੀਕ ਹੈ ਜੀ। ਜਾ ਕੇ ਗੁਰਬਾਣੀ ਦੇ ਵਿੱਚ ਗੁਰੂ ਨੂੰ ਭਰਾ ਵੀ ਕਿਹਾ ਗਿਆ, ਗੁਰੂ ਨੂੰ ਮਾਂ ਵੀ ਕਿਹਾ ਗਿਆ, ਗੁਰੂ ਨੂੰ ਪਿਤਾ ਵੀ ਕਿਹਾ ਗਿਆ, ਸਾਰਾ ਕੁਛ ਮੰਨਿਆ ਗਿਆ, ਠੀਕ ਹੈ ਜੀ। ਜਿਹੜਾ ਗੁਰੂ ਸਾਨੂੰ ਮਨਾ ਕਰਿਆ ਵੀ ਇਹ ਜਿਹੜੇ ਕਰਮਕਾਂਡ ਹੈ ਬਕਵਾਸ ਹੈ ਇਹਨਾਂ ਨਾਲ ਨਹੀਂ ਜੋੜਨਾ, ਅਸੀਂ ਖੁਦ ਜਾਣੇ। ਮੈਂ ਪਿਛਲੀ ਵਾਰੀ ਇੱਕ ਬੇਨਤੀ ਕੀਤੀ ਸੀ ਵੀ ਗੁਰੂ ਨਾਨਕ ਸਾਹਿਬ ਨੇ ਮਨਾ ਕੀਤਾ ਬੁੱਤ ਪੂਜਾ ਨਹੀਂ ਕਰਨੀ, ਠੀਕ ਹੈ ਜੀ। ਅੱਜ ਜਿਹੜੇ ਵਿਪਰਵਾਦੀ ਜਿਹੜੇ ਲੋਕ ਆ ਉਹ ਇੰਨੇ ਹਾਵੀ ਹੋ ਗਏ ਕਿ ਉਹਨਾਂ ਨੇ ਚਾਈਨਾ ਵਰਗੇ ਦੇਸ਼ਾਂ ਦੇ ਨਾਲ ਰਲ ਕੇ ਚਾਈਨਾ ਤੋਂ ਜਿੰਨੇ ਬੋਤਿਆਂ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਣਾ ਬਣਾ ਕੇ ਪੂਰੇ ਆਲ ਵਰਲਡ ਦੇ ਵਿੱਚ ਫੈਲਾ ਦਿੱਤੇ ਗਏ। ਜਿਹੜਾ ਗੁਰੂ ਨਾਨਕ ਇਹ ਮਨਾ ਕਰਦਾ ਰਿਹਾ ਵੀ ਬੁੱਤ ਦੀ ਪੂਜਾ ਨਹੀਂ ਕਰਨੀ, ਅਸੀਂ ਉਸੇ ਗੁਰੂ ਨਾਨਕ ਦੇ ਬੁੱਤ ਬਣਾ ਤੇ ਵੀ ਲੈ ਤੂੰ ਮਨਾ ਕਰਦਾ ਸੀ ਤੇਰੇ ਬੁੱਤ ਦੀ ਪੂਜਾ ਕਰਾਂਗੇ, ਠੀਕ ਹੈ ਜੀ। ਕਿੰਨੀ ਹੈਰਾਨੀ ਦੀ ਗੱਲ, ਜਿਹੜਾ ਗੁਰੂ ਸਾਨੂੰ ਜਿਹੜਾ ਕੰਮ ਤੋਂ ਮਨਾ ਕਰਦਾ ਸੀ ਉਹ ਕੰਮ ਉਹਦੇ ਸਾਹਮਣੇ ਖੜੇ ਹੋ ਕਰਦੇ ਹਾਂ ਤੇ ਅਸੀਂ ਕਦੇ ਖੁਸ਼ੀ ਲੈ ਸਕਦੇ? ਗੁਰੂ ਪਾਤਸ਼ਾਹ ਮਹਾਰਾਜ ਮਨਾ ਕਰਦੇ ਰੱਖਣੀਆਂ ਬੰਨਣ ਤੋਂ ਤੇ ਅਸੀਂ ਜਾ ਕੇ ਉਹਦੇ ਪੀੜੀ ਨਾਲ ਰੱਖਣੀ ਬੰਨੀ, ਇੰਨੀਆਂ ਰੱਖਣੀਆਂ ਬੰਨੀਆਂ ਦੀਆਂ ਬੁਰਾ ਹਾਲ ਕੀਤਾ। ਰਹਿਤਨਾਮਾ ਮੈਂ ਜੀ ਵੀ ਬਚਨ ਆਉਂਦੇ ਵੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਵੀ ਸਿੱਖ ਨਹੀਂ ਪਿਆਰਾ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨਦਾ। ਜਿਹੜੀ ਦੂਜੀ ਗੱਲ ਹੈਗੀ ਹੈ ਇਹ ਰੱਖੜੀ ਦਾ ਤਿਉਹਾਰ ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਦੂਰ ਦੂਰ ਤੱਕ ਦਾ, ਠੀਕ ਹੈ ਜੀ। ਅੱਜ ਤੱਕ ਮੈਂ ਰੱਖੜੀ ਨਹੀਂ ਬੱਧੀ ਭਾਈ ਸਾਹਿਬ ਜੀ, ਮੇਰੇ ਖਿਆਲ ਤੁਸੀਂ ਨਹੀਂ ਬੱਧੀ ਹੋਗੇ ਤੇ ਕੀ ਸਾਡਾ ਆਪਣੀ ਭੈਣ ਨਾਲ ਪਿਆਰ ਨਹੀਂ, ਤੁਹਾਡਾ ਪਿਆਰ ਨਹੀਂ? ਇੱਕ ਮੁਸਲਮਾਨ ਆਪਣੀ ਭੈਣ ਨਾਲ ਪਿਆਰ ਨਹੀਂ ਕਰਦਾ, ਇੱਕ ਅੰਗਰੇਜ਼ ਆਪਣੀ ਭੈਣ ਨਾਲ ਪਿਆਰ ਨਹੀਂ ਕਰਦਾ, ਕੀ ਇੱਕ ਬੋਧੀ ਆਪਣੀ ਭੈਣ ਨਾਲ ਪਿਆਰ ਨਹੀਂ ਕਰਦਾ, ਜੈਨੀ ਭੈਣ ਨਾਲ ਪਿਆਰ ਨਹੀਂ ਕਰਦਾ, ਜਾਂ ਜਿਹੜੇ ਇੰਨੇ ਹੋਰ ਹਜ਼ਾਰਾਂ ਧਰਮ ਆ ਉਹ ਪਿਆਰ ਨਹੀਂ ਕਰਦੇ? ਕੀ ਸਾਰਾ ਜਿਹੜਾ ਪਿਆਰ ਆ ਇਹੀ ਰਹਿ ਗਿਆ ਜੀ ਰੱਖੜੀ ਬੰਨੋ ਤੇ ਪਿਆਰ, ਸਾਲ ਬਾਅਦ ਹੀ ਭੈਣ ਭਰਾ ਦਾ ਪਿਆਰ ਦਾ ਚੇਤਾ ਆਉਂਦਾ? ਦੇਖੋ ਅਸੀਂ ਗੁਰ ਇਤਿਹਾਸ ਦੇਖਦੇ ਹਾਂ ਜਾਂ ਉਹ ਤਾਂ ਚਲੋ ਬਹੁਤ ਦੂਰ ਦੀ ਗੱਲ ਹੈ ਜੀ, ਮੈਂ ਅਜੋਕੇ ਟਾਈਮ ਦੀ ਤੁਹਾਨੂੰ ਗੱਲ ਦੱਸ ਲੱਗਾ। ਮੈਂ ਜਦੋਂ ਆਪਣਾ ਅਨੰਦਪੁਰ ਸਾਹਿਬ SMC ਕਾਲਜ ਪੜ੍ਹਦਾ ਸੀ, ਸਿੱਖ ਮਿਸ਼ਨ ਕਾਲਜ, ਉੱਥੇ ਇੱਕ ਘਟਨਾ ਘਟੀ। ਅਨੰਦਪੁਰ ਸਾਹਿਬ ਦੀਆਂ ਦੋ ਬੱਚੀਆਂ ਨੌਜਵਾਨ ਅੰਮ੍ਰਿਤਧਾਰੀ ਸੀ, ਗੁਰਸਿੱਖ ਪਰਿਵਾਰ, ਗਰੀਬ ਪਰਿਵਾਰ, ਅਤੇ ਉਹਨਾਂ ਦਾ ਇੱਕ ਪਹਿਰਾਵਾ ਸਿੱਖੀ ਰੂਪ ਵਾਲਾ ਸੀ, ਉੱਥੋਂ ਦੀ ਕਿਰਪਾਨਾ ਪਾਉਂਦੀਆਂ ਜਦੋਂ ਤੱਕ ਮੈਂ ਉਹਨਾਂ ਨੂੰ ਦੇਖਿਆ, ਠੀਕ ਹੈ ਜੀ। ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਉਹਨਾਂ ਦਾ ਕੋਈ ਗੈਸਟ ਆ ਰਿਹਾ ਸੀ ਉਹਨੂੰ ਲੈਣ ਵਾਸਤੇ, ਰਾਤ ਤਕਰੀਬਨ 10-11 ਵਜੇ ਵਿਚਾਰੀਆਂ ਦੋਨੋਂ ਗਈਆਂ। ਉੱਥੋਂ ਇੱਕ ਪੁਲਿਸ ਮੁਲਾਜ਼ਮ ਨੇ ਸ਼ਰਾਬ ਪੀਤੀ ਸੀ, ਉਹਨੇ ਹਰਕਤ ਉਹਨਾਂ ਨਾਲ ਕੋਈ ਕੀਤੀ, ਉਹਨਾਂ ਨੇ ਪਹਿਲਾਂ ਉਹਨੂੰ ਵਾਰਨਿੰਗ ਦਿੱਤੀ ਵੀਰਾ ਤੂੰ ਸ਼ਰਾਬ ਪੀਤੀ ਹੈ ਸੰਭਲ ਜਾ, ਪਰ ਜਦੋਂ ਨਾ ਸੰਭਲਿਆ ਉਹਨੇ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਜਿੱਥੇ ਉਹਨਾਂ ਦਾ ਮਾਂਜਾ ਲਾਇਆ ਚੰਗੀ ਤਰ੍ਹਾਂ ਰੱਜ ਕੇ ਕਰਪਾਨਾ ਕੱਢੀਆਂ, ਜਿੱਥੇ ਫਿਰ ਵਹੀਆਂ ਵਹੀਆਂ ਤੇ ਜਿੱਥੇ ਉਹਨਾਂ ਬੱਚੀਆਂ ਦਾ ਨਾਮ ਉੱਚਾ ਹੋਇਆ, ਜਿੱਥੇ ਉਹਨਾਂ ਆਪਣੀ ਕੌਮ ਦਾ ਨਾਮ ਉੱਚਾ ਕੀਤਾ, ਉੱਥੇ ਅੱਜ ਦੀਆਂ ਬੀਬੀਆਂ ਨੂੰ ਬੜੀ ਵੱਡੀ ਇੱਕ ਸਿੱਖਿਆ ਮਿਲੀ ਵੀ ਆਪਣੀ ਰੱਖਿਆ ਕਰੋ। ਦੇਖੋ ਆਪਣੇ ਸਰੀਰ ਨੂੰ ਸ਼ਿੰਗਾਰਨਾ, ਬਿਊਟੀ ਪਾਰਲਰ ਤੇ ਜਾਣਾ, ਇੱਧਰ ਉੱਧਰ ਜੋ ਕੰਮ ਕਰਨ ਇਹ ਤਾਂ ਇੱਕ ਅਲੱਗ ਵਿਸ਼ਾ, ਠੀਕ ਹੈ, ਪਰ ਭੋਲਿਓ ਮੈਂ ਇਹ ਬੇਨਤੀ ਕਰਾਂਗਾ ਬੀਬੀਆਂ ਨੂੰ ਆਪਣੀ ਭੈਣਾਂ ਨੂੰ ਵੀ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਸਭ ਤੋਂ ਵੱਡਾ ਸ਼ਿੰਗਾਰ ਪਾ ਕੇ ਦਿੱਤਾ, 5 ਕਕਾਰੀ ਵਰਦੀ, ਉਹਨੂੰ ਪਹਿਨੋ, ਕਿਰਪਾਨ ਨੂੰ ਪਹਿਨੋ, ਕਿਰਪਾਨ ਕੋਲ ਲਾ ਕੇ ਆਪਣੇ ਘਰ ਤੁਸੀਂ ਰੱਖ ਦਿੱਤੀ, ਤੇ ਜਿਹੜੀ ਬੀਬੀ ਕਿਰਪਾਨ ਪਾ ਕੇ ਰੱਖਦੀ ਨਾ ਉਹਨੂੰ ਫਿਰ ਰੱਖੜੀ ਬਣ ਕੇ ਆਪਣੇ ਭਰਾ ਦੇ ਕੋਲੋਂ ਇਹ ਸਪੈਸ਼ਲੀ ਵਚਨ ਲੈਣ ਦੀ ਲੋੜ ਨਹੀਂ ਪੈਂਦੀ ਵੀ ਲੈ ਭਰਾ ਤੂੰ ਮੇਰੀ ਰੱਖਿਆ ਕਰ, ਆਪਣੇ ਆਪ ਠੀਕ ਹੈ ਜੀ, ਤੇ ਭਰਾ ਵੀ ਆਕੜਿਆ ਫਿਰ ਵੀ ਲੈ ਵੀ ਮੇਰੀ ਭੈਣ 'ਚ ਤਾਕਤ ਨਹੀਂ ਮੈਂ ਉਹਦੀ ਰੱਖਿਆ ਕਰੂੰਗਾ। ਮੇਰੀ ਬੇਨਤੀ ਹੈ ਇਹੋ ਜਿਹੇ ਕਰਮਕਾਂਡੀ ਤਿਉਹਾਰਾਂ 'ਚੋਂ ਨਿਕਲੋ ਤੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਕਰਮਕਾਂਡ ਹੁੰਦੇ ਨੇ ਉਹਨਾਂ ਦੇ
ਇਹਨਾਂ ਦੀ ਟੀਮ ਹੈਗੀ ਹੈ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਸਾਰੇ ਵੀਰ ਬੜੇ ਸ਼ਲਾਘਾਯੋਗ ਹੈ ਔਰ ਮੈਂ ਦੇਖ ਰਿਹਾ ਕਿ ਭਾਜਪਾ ਦੌੜ ਦੌੜ ਕੇ ਸਾਰੇ ਕੰਮ ਕਰ ਰਹੇ ਆ ਪਹਿਲਾਂ। ਦੂਜਾ ਜਿਹੜਾ ਅਕਾਲ ਚੈਨਲ ਨੂੰ ਸਪੋਰਟ ਕਰ ਰਹੀਆਂ ਸੰਗਤਾਂ, ਠੀਕ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਕਾਲ ਚੈਨਲ ਦੀ ਟੀਮ ਦਾ, ਅਕਾਲ ਚੈਨਲ ਦੇ ਪ੍ਰਬੰਧਕਾਂ ਦਾ, ਔਰ ਇਸ ਪਲੇਟਫਾਰਮ ਦੇ ਬਾਰੇ ਮੇਰੀ ਅਰਦਾਸ ਹੈ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਇਹਨਾਂ ਨੂੰ ਤਰੱਕੀ ਬਖਸ਼ਿਸ਼ ਕਰੇ। ਇਹ ਸਾਡੇ ਕੋਲ ਇੱਕ ਬਹੁਤ ਵਧੀਆ ਪਲੇਟਫਾਰਮ ਹੈ, ਪਿਛਲੀ ਵਾਰੀ ਮੈਂ ਬੇਨਤੀ ਕੀਤੀ ਸੀ ਕਿ ਅਸੀਂ ਪ੍ਰੋਗਰਾਮ ਲੈ ਕੇ ਉਹਨੂੰ ਗਾਂ ਤਿਆਰ ਹਾਂ, ਪਰ ਆਪ ਦਾ ਸਹਿਯੋਗ ਸਾਨੂੰ ਬਹੁਤ ਜ਼ਰੂਰੀ ਚਾਹੀਦਾ। ਕਿਰਪਾ ਕਰੋ, ਆਪ ਸਾਡੇ ਜਿਹੜੇ ਪ੍ਰੋਗਰਾਮ ਹੈ ਉਹਨਾਂ ਨੂੰ ਸਪੋਂਸਰ ਜ਼ਰੂਰ ਕਰੋ, ਕਿਉਂਕਿ ਬਗੈਰ ਮਾਇਆ ਤੋਂ ਕੋਈ ਕੰਮ ਚੱਲਦਾ ਨਹੀਂ, ਮਾਇਆ ਵੀ ਬਹੁਤ ਜ਼ਰੂਰੀ ਚਾਹੀਦੀ ਹੈ, ਐਡੇ ਵੱਡੇ ਪ੍ਰੋਜੈਕਟ ਨੂੰ ਚਲਾਉਣ ਵਾਸਤੇ ਪੈਸੇ ਦੀ ਲੋੜ ਹੈ। ਅਤੇ ਸਾਡੀ ਬੇਨਤੀ ਹੈ, ਅਸੀਂ ਕਿਸੇ ਖੁਦ ਗਰਜ਼ੀ ਵਾਸਤੇ ਨਹੀਂ, ਕੇਵਲ ਸਿੱਖ ਕੌਮ ਦੇ ਉਜਲੇ ਭਵਿੱਖ ਵਾਸਤੇ ਅਤੇ ਪ੍ਰਚਾਰਕ ਦੀ ਇਸ ਲਈ ਨੂੰ ਅਗਾਂਹ ਚਲਾਉਣ ਵਾਸਤੇ ਬੇਨਤੀ ਕਰਦੇ ਹਾਂ ਕਿ ਇਹਨਾਂ ਪ੍ਰੋਗਰਾਮ ਨੂੰ ਸਪੋਂਸਰ ਕਰੋ, ਤਾਂ ਕਿ ਅਸੀਂ ਇਸ ਤਰ੍ਹਾਂ ਗੁਰੂ ਦੀ ਵਿਚਾਰ ਤੁਹਾਡੇ ਤੱਕ ਲੈ ਕੇ ਆਈਏ। ਬਹੁਤ ਧੰਨਵਾਦ ਭਾਈ ਲਖਵਿੰਦਰ ਸਿੰਘ ਜੀ ਤੁਹਾਡਾ, ਔਰ ਸਾਧ ਸੰਗਤ ਮੈਂ ਬੇਨਤੀ ਕਰੂੰਗਾ ਵੀ ਇਹਨਾਂ ਵਿਚਾਰਾਂ ਦੇ ਨਾਲ ਜ਼ਰੂਰ ਜੁੜੀਏ। ਜੇ ਰੱਖੜੀ ਦਾ ਧਾਗਾ ਹੋਏਗਾ ਤਾਂ ਉਹ ਨਹੀਂ ਬਚਾ ਸਕਦਾ, ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਬੀਬੀਆਂ ਕੋਲ ਕਿਰਪਾਨ ਸੀ ਅਤੇ ਉਹ ਕਿਰਪਾਨ ਫਿਰ ਉਹ ਛੇੜਨ ਵਾਲੇ ਦੀਆਂ ਜਦੋਂ ਵੱਖੀਆਂ ਥਣੀ ਲੰਘਾ ਦਿੱਤੀ ਅਤੇ ਫਿਰ ਉੱਥੇ ਜਿਹੜਾ ਸੀ ਉਹ ਸਭ ਕੁਝ ਜਿਹੜਾ ਸੀ ਉਹ ਖਤਮ ਹੋ ਗਿਆ। ਇਸ ਕਰਕੇ ਸਾਡੇ ਕੋਲ ਗੁਰੂ ਦੀ ਨਾ ਕਰਦੀ ਵੀ, ਮੰਨ ਲਓ ਜੇਕਰ ਕਿਸੇ ਦੀ ਵੀਰ ਦੀ ਕੋਲ ਆਪਾਂ ਨਹੀਂ ਅਟੈਂਡ ਕਰ ਪਾਏ ਉਹਦੀ ਸੌਰੀ, ਅਤੇ ਦੂਜੀ ਨਾਲ ਜੇਕਰ ਕੋਈ ਵੀਰ ਮੇਰੇ ਨਾਲ ਖਵਿੰਦਰ ਸਿੰਘ ਨਾਲ ਸਿੱਧੀ ਗੱਲ ਕਰਨੀ ਚਾਹੁੰਦਾ ਹੋਵੇ ਤੇ ਦਫ਼ਤਰੋਂ ਦਾਸ ਦਾ ਨੰਬਰ ਲੈ ਸਕਦਾ। ਬਿਲਕੁਲ, ਬਹੁਤ ਵਧੀਆ ਭਾਈ ਲਖਵਿੰਦਰ ਸਿੰਘ ਜੀ, ਇਸ ਕਰਕੇ ਸਾਧ ਸੰਗਤ ਜ਼ਰੂਰੀ ਆ, ਅਮਰ ਛਾ ਕੇ ਗੁਰੂ ਵਾਲੇ ਬਣੀਏ ਅਤੇ ਗੁਰੂ ਦੇ ਨਾਲ ਜੁੜੀਏ ਅਤੇ ਅਕਾਲ ਚੈਨਲ ਦੀ ਵੱਧ ਤੋਂ ਵੱਧ ਮਦਦ ਕਰੋ ਜੀ, ਅਤੇ ਅਸੀਂ ਇਸੇ ਤਰ੍ਹਾਂ ਆਪ ਜੀ ਵਾਸਤੇ ਪ੍ਰੋਗਰਾਮ ਲੈ ਕੇ ਆਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।